ਵਾਪਸ ਤੋਂ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਆਪਾਂ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਆਪਣੀ ਠੀਕ ਹੈ ਗੁੱਡ ਆਫਟਰਨੂੰ ਫਿਲਹਾਲ ਤੁਹਾਡੀ ਡਿਮਾਂਡ ਤੇ ਸਪੈਸ਼ਲ ਡਿਮਾਂਡ ਤੇ ਮੈਂ ਕੁਝ ਕੁਐਸ਼ਨਸ ਫਰੇਮ ਕੀਤੇ ਐ ਪ੍ਰੀਵੀਅਸ ਇਅਰ ਐਗਜ਼ਾਮਸ ਦੇ ਵਿੱਚ ਕੁਐਸ਼ਨਸ ਆਏ ਹੋਏ ਖਾਸ ਤੌਰ ਤੇ ਮੇਰਾ ਹਮੇਸ਼ਾ ਨਿਸ਼ਾਨਾ ਹੁੰਦਾ ਹੈ ਪੀਪੀਐਸਸੀ ਪੀਪੀਐਸਸੀ ਦੇ ਹਰ ਇੱਕ ਐਗਜ਼ਾਮ ਪੇਪਰ ਦੇ ਵਿੱਚ ਜੋ ਮੈਦੇ ਕੁਐਸ਼ਨਸ ਕਵਰ ਪੂਰੇ ਨੇ ਉਹਨਾਂ ਤੋਂ ਉੱਪਰ ਕਿਸੇ ਵੀ ਪ੍ਰਕਾਰ ਦੇ ਪੰਜਾਬ ਦੇ ਕੁਐਸ਼ਨਸ ਨਹੀਂ ਬਣਨਗੇ ਅੱਜ ਦਾ ਸੈਸ਼ਨ ਜੋ ਹੈਗਾ ਆਪਣਾ ਐਵਰੇਜ ਦਾ ਇੱਕ ਰਿਵੀਜ਼ਨ ਵਰਕ ਹੋਏਗਾ ਪਲੱਸ ਉਸ ਤੋਂ ਐਡਵਾਂਸ ਲੈਵਲ ਦੇ ਕੁਐਸ਼ਨਸ ਕਰਾਂਗੇ ਸੋ ਐਵਰੇਜ ਦੀ ਕਲਾਸ ਆਪਣੀ ਹੋਏਗੀ ਅੱਜ ਕਲਾਸ ਨੰਬਰ ਹੋਏਗੀ 3 ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਵਰ ਕਰਾ ਰਿਹਾ ਠੀਕ ਹੈ ਪਹਿਲਾ ਕੁਐਸ਼ਨ ਸਕਰੀਨ ਤੇ ਦੇ ਰੱਖਿਆ ਇਸ ਤਰੀਕੇ ਦਾ ਜਿਆਦਾ ਵਕਤ ਬਿਲਕੁਲ ਖਰਾਬ ਨਹੀਂ ਕਰਾਂਗੇ ਐਕਸਰਸਾਈਜ਼ ਆਪਾਂ ਕਰ ਰਹੇ ਹਾਂ ਔਰ ਇਸ ਤੋਂ ਪਹਿਲਾਂ ਆਪਾਂ ਬੇਸਿਕ ਕੁਐਸ਼ਨ ਵੀ ਕਰ ਚੁੱਕੇ ਹਾਂ ਬੇਸਿਕ ਕੁਐਸ਼ਨਸ ਤੇ ਡਿਸਕਸ ਕਰ ਚੁੱਕੇ ਹਾਂ ਗਾਇਸ ਚਲੋ ਜੀ मेरे नाल नाल तुसी कोशिश करनी है कि कमेंट्स के अंदर थोड़े आंसर होने लाज़मी है चाहे गलत ही क्यों ना करो यू हैव टू गिव योर आंसर चलिए क्लास 20 बॉयज एंड 30 गर्ल्स हैं 20 बॉयज एंड 30 गर्ल्स एवरेज ऑफ द बॉयज 11 इयर्स एंड द गर्ल्स 12 इयर्स व्हाट इज द एवरेज एज ऑफ होल क्लास देखो हलवा क्वेश्चंस है हलवा क्वेश्चंस वक्त नहीं लगना चाहिए다 चलिए पैटर्न की आ रहा है जस्ट मेरे को ने ने टोटल बॉयज बॉयज और दी, अगर आप टोटल एफिशियंसी केंगे तो टोटल कि हो जाएगा इट विल बी टू और मेरे को गर्ल्स ने थर्ट गर्ल्स की जो एफिशियंसी कि ट्वेल्व है तो बारह तीती टोटल अपने को किन्ने हो गए यू कैन से दैट कि अपने को फाइव सिक्सटी फाइव एटी अपने टोटल एवरेज होगी एंड टोटल परसन किन्ने हो गए अपने को फिफ्टी हो गए यही मेरा क्वेश्चन सो ਤਾਂ ਐਵਰੇਜ ਦਾ ਬੇਸਿਕ ਫਾਰਮੂਲਾ ਕੀ ਹੁੰਦਾ ਹੈ ਐਵਰੇਜ ਦਾ ਬੇਸਿਕ ਫਾਰਮੂਲਾ ਹੁੰਦਾ ਹੈ ਸਮ ਆਫ ਦਾ ਕੁਆਂਟੀਟੀ ਮਤਲਬ ਦਿੱਤੀ ਗਈ ਸੰਖਿਆਵਾਂ ਦਾ ਜੋੜ ਨੰਬਰ ਆਫ ਕੁਆਂਟੀਟੀ ਤਾਂ ਆਪਣੇ ਕੋਲੇ 50 ਆ ਜਾਏਗਾ ਮੇਰੇ ਪਿਆਰੇ ਬੱਚੋ ਆਪਾਂ ਡਿਵਾਈਡ ਕਰਾਂਗੇ ਤੇ 11 ਯਾਨੀ 11 5 ਜਾਂ 55 ਹੈ ਤੇ ਇਸ ਵਿਹਾਰਪ ਤੇ ਤੁਹਾਡਾ ਆਪਸ਼ਨ ਨੰਬਰ ਬੀ ਨਹੀਂ ਹੋ ਸਕਦਾ ਆਪਸ਼ਨ ਨੰਬਰ ਸੀ ਨਹੀਂ ਹੋ ਸਕਦਾ ਨਨ ਆਫ ðiਜ਼ ਪੋਸੀਬਲ ਨਹੀਂ ਹੈ ਤਾਂ ਸਾਡੇ ਕੋਲੇ ਬਚਿਆ ਕਿੰਨਾ 3 ਤਾਂ 5 6 31 ਆਲਮੋਸਟ ਤੁਹਾਡਾ ਆਨਸਰ ਕੀ ਆ ਜਾਏਗਾ ਆਪਸ਼ਨ ਨੰਬਰ ਫਸਟ ਬਿਲਕੁਲ ਕਲੀਅਰ ਆਨਸਰ ਹੈ ਠੀਕ ਹੈ ਸਮਝ ਆ ਪਾ ਰਿਹਾ ਇਸ ਤਰੀਕੇ ਦੇ ਹਲਵਾ ਕੁਐਸਚਨਸ ਨੇ ਜੋ ਆਪਾਂ ਐਕਸਰਸਾਈਜ਼ ਕਰਨੀ ਹੈ ਰਿਵੀਜ਼ਨ ਕਰਨਾ ਹੈ ਪ੍ਰੈਕਟਿਸ ਕਰਨੀ ਹੈ ਚਲੋ ਨੈਕਸਟ ਕੁਐਸਚਨ ਹੈ ਬਿਹਤ ਇੰਪੋਰਟੈਂਟ ਬਹੁਤ ਹੀ ਹਲਕਾ ਜਿਹਾ ਕੁਐਸਚਨ ਹੈ ਬੈਲੈਂਸ ਬਣਾਉਣ ਵਾਸਤੇ ਕੁਐਸਚਨ ਹੈ ਸਿਰਫ ਇਹ ਆਪਣਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਤਰੀਕਾ ਦੱਸਾਂਗਾ ਕਿ ਤੁਹਾਨੂੰ ਐਡ ਔਨ ਕਰਨ 'ਚ ਅਗਰ ਪ੍ਰੋਬਲਮ ਹੈ ਠੀਕ ਹੈ ਬਿਲਕੁਲ ਹਾਂਜੀ ਕਮਲ ਕਮਲਪ੍ਰੀਦਾ ਅਨਸਰ ਹੈ ਜੀ ਬਿਲਕੁਲ ਏ ਆਪਸ਼ਨ ਵੈਰੀ ਗੁੱਡ ਬਹੁਤ ਅੱਛੇ ਹੈ ਦੇਖੋ ਇਹੋ ਜਿਹੇ ਸਵਾਲਾਂ ਨੂੰ ਮੈਂ ਐਡ ਆਨ ਕਰਨ ਦਾ ਬੇਸਿਕ ਤਰੀਕਾ ਸਮਝਾਵਾਂਗਾ ਬਹੁਤ ਸਾਰੇ ਸਵਾਲ ਕਰਨੇ ਆਪਾਂ ਬੜਾ ਮਜ਼ੇਦਾਰ ਕੁਐਸਚਨਸ ਕਰਾਵਾਂਗਾ ਮੈਂ ਤੁਹਾਨੂੰ ਹੁਣ ਦੇਖੋ ਐਵਰੇਜ ਦਾ ਫਾਰਮੂਲਾ ਕੀ ਹੈ ਐਵਰੇਜ ਦਾ ਫਾਰਮੂਲਾ ਹੁੰਦਾ ਹੈ ਐਵਰੇਜ ਮਤਲਬ ਕਿ ਔਸਤ ਦਾ ਫਾਰਮੂਲਾ ਕੀ ਹੈ ਮੈਂ ਇੱਥੇ ਲਿਖ ਦਾਂਗਾ ਸਮ ਆਫ ਦਾ ਕੁਆਂਟੀਟੀ ਸਮ ਆਫ ਦਾ ਕੁਆਂਟੀਟੀ ਅਪਨ ਨੰਬਰ ਆਫ ਦਾ ਕੁਆਂਟੀਟੀ ਅਪਨ ਨੰਬਰ ਆਫ ਦਾ ਕਵਾਂਟਿਟੀ ਭਈ ਕਿੰਨੀਆਂ ਕਿੰਨੀਆਂ ਸੰਖਿਆ ਇਦਾਂ ਕਰਕੇ ਸਾਨੂੰ ਇੱਕ ਸਿੱਧਾ ਰੱਟਾ ਤੋਤਾ ਸਮਝ ਲਓ ਮੇਰੇ ਪਿਆਰੇ ਬੱਚੋ ਹੁਣ ਆਪਾਂ ਐਡ ਕਰਨਾ ਇਹਨੂੰ ਐਡ ਕਿਵੇਂ ਕਰੋਗੇ 200 ਇਹ ਹੋ ਗਿਆ 100 300 3 ਤੇ 2 5 5 ਤੇ 5, 5 10 ਤੇ 8 ਕਿੰਨਾ ਹੋ ਗਿਆ 18 18 ਤੇ 3 ਕਿੰਨੇ ਹੁੰਦੇ ਨੇ ਤੁਹਾਡੇ ਕੋਲੇ 21 21 ਤੇ 1 22 ਤੇ 4 ਕਿੰਨੇ ਹੋ ਗਏ ਨੇ 26 ਤੇ 7 ਕਿੰਨਾ ਹੋ ਗਿਆ ਤੁਹਾਡੇ ਕੋਲੇ 26 ਤੇ 7 ਹੁੰਦਾ 3300 ਹਮੇਸ਼ਾ ਐਡ ਕਰਨ ਦਾ ਕਨਸੈਪਟ ਯਾਦ ਰੱਖਿਓ ਜ਼ਿੰਦਗੀ 'ਚ ਕਦੇ ਵੀ ਤੁਹਾਨੂੰ ਗਲਤੀ ਨਹੀਂ ਤੁਹਾਡੇ ਤੋਂ ਹੋਏਗੀ ਨਹੀਂ ਹੁਣ ਤੁਸੀਂ ਤੁਸੀਂ 50 ਐਡ ਕਰ ਲਓ 50 ਤੇ 20 ਤੁਹਾਡੇ ਕੋਲੇ ਕਿੰਨੇ ਹੋਗੇ 70 70 'ਚ 50 ਐਡ ਕਰੂੰਗੇ 120 120 'ਚ 30 ਐਡ ਕਰੋਗੇ 150 150 'ਚ 30 ਐਡ ਕਰੋ 180 180 'ਚ ਤੁਸੀਂ 70 ਐਡ ਕਰ ਲਓ ਤੁਹਾਡੇ ਕੋਲੇ ਕਿੰਨਾ ਬਣ ਗਿਆ 1250 2250 ਦੇ ਵਿੱਚ ਤੁਸੀਂ 40 ਐਡ ਕਰ ਲਓ ਕਿੰਨੇ ਬਣ ਗਏ ਤੁਹਾਡੇ ਕੋਲੇ 290 290 'ਚ ਤੁਸੀਂ 50 ਐਡ ਕਰੋਗੇ ਠੀਕ ਹੈ 290 ਇੰਚ ਕਿੰਨੇ ਐਡ ਕਰੋਗੇ 60 ਐਡ ਕਰ ਲਓ ਕੋਈ ਦਿੱਕਤ ਨਹੀਂ ਹੈ 290 ਇੰਚ ਤੁਸੀਂ ਤਕਰੀਬਨ ਤੁਹਾਡੇ ਕੋਲ ਕਿੰਨਾ ਬਣ ਜਾਏਗਾ 350 ਮੇਰੀ ਗੱਲ ਸਮਝ ਪਾ ਰਹੇ ਹੋ ਨਾ ਮੈਂ ਕੀ ਸਮਝਾਇਆ ਇੱਥੇ 53 ਇਹਨੂੰ 50 ਕਨਸੀਡਰ ਕਰੋ ਇਸ ਨੂੰ 20 ਕਨਸੀਡਰ ਕਰੋ ਇਸ ਨੂੰ 50 ਕਨਸੀਡਰ ਕਰੋ ਤਾਂ ਟੋਟਲ ਹੋ ਗਿਆ 120 120 ਤੇ 33 150 ਤੇ 33 ਕਿੰਨਾ ਹੋ ਗਿਆ 180 180 ਤੇ 70 ਹੋ ਗਿਆ ਤੁਹਾਡੇ ਕੋਲ 250 ਸਮਝ ਪਾ ਰਹੇ ਹੋ ਨਾ 250 250 ਚ 40 ਜੋੜਾਂਗੇ ਆਪਣੇ ਕੋਲੇ ਕਿੰਨਾ ਹੋ ਗਿਆ ਟੋਟਲ 290 290 ਚ 60 ਜੋੜਾਂਗੇ ਤਕਰੀਬਨ ਤੁਹਾਡੇ ਕੋਲੇ ਹੋ ਜਾਣਾ 350 ਹੁਣ ਆਪਣੇ ਕੋਲ ਟੁੱਟੀ ਹੋਈ ਵੈਲਿਊ 3 ਬਚ ਗਈ 3 ਤੇ 4 7 7 ਤੇ 5 ਕਿੰਨਾ ਹੋ ਗਿਆ 12 12 ਤੇ 4 ਹੋ ਗਿਆ 16 16 ਤੇ 6 ਕਿੰਨਾ ਹੁੰਦਾ 22 22 ਤੇ 5 ਕਿੰਨਾ ਹੋਏਗਾ 22 ਤੇ 5 27 ਤੇ ਕਿੰਨਾ ਹੋ ਗਿਆ 28 ਤੇ 3 ਤੁਹਾਡੇ ਕੋਲ ਆ ਜੋੜ ਲਓ 28 ਤੇ 3 ਕਿੰਨਾ ਹੋ ਜਾਣਾ 31 ਸੋ ਗਾਇਸ ਥਿਸ ਇਸ ਅ ਵੈਰੀ ਵੈਰੀ ਸਿੰਪਲ ਐਂਡ ਯੂਨਿਕ ਕੁਐਸਚਨ ਹੋ ਜਾਏਗਾ ਤੁਹਾਡੇ ਕੋਲ ਕੁਇਕਲੀ ਕਮ ਆਨ ਕਮ ਆਨ ਕੁਇਕਲੀ ਠੀਕ ਹੈ ਸਭ ਨੂੰ ਐਡ ਕਰ ਲਓ ਤੁਹਾਡੇ ਕੋਲ 1 ਹੋ ਗਿਆ 5 ਤੇ 3 ਕਿੰਨਾ 8 ਹੈ ਔਰ ਤਿੰਨ ਤੇ ਤਿੰਨ ਕਿੰਨਾ ਹੋ ਜਾਣਾ 6 ਹੈ ਟੋਟਲ ਸਾਡੇ ਕੋਲੇ ਨੰਬਰ ਆਫ ਵੈਲਿਊ ਕਿੰਨੀ ਹੈ 1 2 3 4 5 6 7 8 9 ਠੀਕ ਹੈ ਫਟਾਫਟ 9 ਨੂੰ ਡਿਵਾਈਡ ਕਰਕੇ ਮੈਨੂੰ ਕਮੈਂਟ ਬਾਕਸ 'ਚ ਦੱਸੋ ਕਿ ਸਰ ਸਾਡਾ 9 ਨੂੰ ਆਪਾਂ ਡਿਵਾਈਡ ਕਰਾਂਗੇ ਕਿੰਨਾ ਆਨਸਰ ਆਏਗਾ ਕੁਇਕਲੀ ਯਾਰ ਕਿੰਨਾ ਹੈ ਸਾਡੇ ਕੋਲੇ 9 ਚੋਕਾ 36 0 99 81 409 ਐਵਰੇਜ ਆਜਣੀ ਆਪਸ਼ਨ ਨੰਬਰ ਸਾਡੇ ਕੋਲੇ ਕਿਹੜਾ ਹੋ ਗਿਆ ਇਹਨਾਂ 'ਚ ਕੋਈ ਆਪਸ਼ਨ ਨਹੀਂ ਆਏਗਾ ਮੀਨਸ ਹੈ ਕਿ ਨਨ ਆਫ ਥੀਸ ਹੁਣ ਤੁਹਾਡੇ ਚੋਂ ਤੁਸੀਂ ਕੀ ਕਰੋਗੇ ਤੁਸੀਂ ਜਾਂ ਤਾਂ ਤੁਸੀਂ ਇਹ ਐਡ ਕਰੋਗੇ ਵੀ 3 ਤੇ 4 7 5 12 ਤੇ 6 12 ਤੇ 4 16 ਤੇ 6 22 ਤੇ 5 27 ਤੇ 28 ਤੇ 3 31 ਇਦਾਂ ਦਾ ਕਰਕੇ ਐਡ ਕਰੋਗੇ ਤੁਸੀਂ ਕਰ ਸਕਦੇ ਹੋ ਇਟਸ 올 ਡਿਪੈਂਡ ਔਨ ਯੂ ਅਨੂ ਨੇ ਕਿਹਾ 427 427 ਆਨਸਰ ਨਹੀਂ ਆਏਗਾ ਨੂੰ ਅਨੂ 427 ਆਨਸਰ ਨਹੀਂ ਆਏਗਾ 409 ਆਨਸਰ ਆਏਗਾ ਠੀਕ ਹੈ ਅਗਰ ਆਪਾਂ ਇਸ ਨੂੰ ਡਿਵਾਈਡ ਕਰਾਂਗੇ 427 ਤਾਂ ਪੋਸੀਬਲ ਹੀ ਨਹੀਂ ਹੈ 9 ਚੋਕਾ 36 0 9 81 ਸੋ ਮੇਕ ਇਟ ਕਰੈਕਟ ਠੀਕ ਹੈ ਹਾਂਜੀ ਬਿਲਕੁਲ ਕੋਮਲ ਦਾ ਆਨਸਰ ਹੈ ਚਲੋ ਹਮ ওকে ওকে ਠੀਕ ਹੈ ਡਨ ਡਨ ਚਲੇਗਾ ਠੀਕ ਹੈ ਚਲੋ ਭਾਈ ਵੈਰੀ ਗੁੱਡ ਬਹੁਤ ਅੱਛਾ ਹੈ ਚਲੋ ਨੈਕਸਟ ਕੁਐਸਚਨ ਆਪਾਂ ਦੇਖਾਂਗੇ ਕੁਐਸਚਨ ਨੰਬਰ ਹਲਵਾ ਹੈ ਨੈਕਸਟ ਕੁਐਸਚਨ ਵਾਟ ਵਿਲ ਬੀ ਦਾ ਐਵਰੀਜ ਈਵਨ ਨੰਬਰ ਬਿਟਵੀਨ 11 2 63 ਦੇਖੋ 11 ਤੋਂ ਲੈ ਕੇ 63 ਦੇ ਵਿੱਚ ਈਵਨ ਨੰਬਰ ਪਹਿਲੀ ਗੱਲ ਤਾਂ ਤੁਹਾਨੂੰ ਜਲਦੀ ਇਹ ਨਹੀਂ ਪਤਾ ਹੋਣਾ ਕਿ ਈਵਨ ਨੰਬਰ ਕਿਵੇਂ ਤੁਸੀਂ ਤੁਹਾਡੇ ਮੈਥਡ ਨਾਲ ਇਦਾਂ ਕਰੋਗੇ ਤੁਸੀਂ ਲਿਖੋਗੇ 12 ਦਿਨ 14 ਦਿਨ 16 ਦਿਨ 18 ਦਿਨ ਵੀ ਇਦਾਂ ਲਿਖ ਕੇ ਤੁਸੀਂ ਕਾਊਂਟਿੰਗ ਕਰੋਗੇ सो so दैट पहली गल तो इदा नहीं करना है की करना है देखो बेसिक मैथड समझ लो तरीके समझ लो टोटल नंबर किन्नेिक्सटी थ्री है सिक्सटी थ्री माइनस अपॉन किन्ना कर देंगे टू अपने को बचे फिफ्टी टू अपॉन टू इज इक्वल मेरे को आई गॉट ट्वेंटी सिक्स वॉट ट्वेंटी सिक्स सब तो पहला आप टोटल ईवन नंबर अपने कोने निकलने टोटल ईवन नंबर अपने को निकलने प्यारे बच्चों छब्बी सवाल हर तरीके समझाऊंगा ਆਪਾਂ ਚਾਰ ਪੰਜ ਮੈਥਡਸ ਇੰਪਲੀਮੈਂਟ ਕਰਾਂਗੇ ਇੱਥੇ 26 ਈਵਨ ਨੰਬਰਸ ਆਰ देयर sum of the even number between 11 to 63 ਆਮ ਆਸਕਿੰਗ ਯੂ sum of the between so that ਆਪਣੇ ਕੋਲੇ ਫਾਰਮੂਲਾ ਕੀ ਹੋਏਗਾ ਫਾਰਮੂਲਾ ਹੋਏਗਾ ਆਪਣੇ ਕੋਲੇ s ਆਪਣੇ ਕੋਲੇ 2 ਲੱਗੇਗਾ s 2 ਉਹੀ ਤਰੀਕਾ ਲੱਗੇਗਾ ਕਿ ਯੂਨਿਕ ਮੈਥਡ ਇੰਪਲੀਮੈਂਟੇਸ਼ਨ ਹਰ ਬਾਰ ਕਰੋ ਤਰੀਕੇ ਮੈਂ ਤੁਹਾਨੂੰ s ਵਾਲੇ ਵੀ ਦੱਸਾਂਗਾ ਪਰੰਤੂ ਅਗਰ ਸਪੋਜ਼ ਅਗਰ ਤੁਹਾਨੂੰ ਨਹੀਂ ਆ ਰਿਹਾ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ ਐ ਤੁਹਾਨੂੰ ਮੈਂ ਮੇਰੇ ਵਾਲਾ ਤਰੀਕਾ ਵੀ ਸਮਝਾਵਾਂਗਾ ਕਿ ਜੋ ਮੈਂ ਬੱਚਿਆਂ ਨੂੰ ਅਕਸਰ ਤੁਹਾਨੂੰ ਸਿਖਾਇਆ ਬੇਸਿਕਲੀ ਤੁਹਾਨੂੰ ਸਿਖਾਇਆ ਆ ਠੀਕ ਐ ਪਹਿਲਾਂ ਤਾਂ ਆਪਾਂ ਇਹਨਾਂ ਦਾ ਤਰੀਕਾ ਯੂਜ਼ ਕਰ ਲੈਨੇ ਆ ਇਹਨਾਂ ਦੇ ਤਰੀਕੇ ਦੇ ਵਿੱਚ ਆਪਾਂ ਨੂੰ ਇਹੀ ਚੀਜ਼ ਸਿਖਾਈ ਜਾਂਦੀ ਐ ਸਿੰਪਲ ਜਿਹਾ ਫੰਡਾ ਸਿੰਪਲ ਜਿਹਾ ਤਰੀਕਾ ਆਪਾਂ ਨੂੰ ਕੀ ਸਿਖਾਇਆ ਜਾਂਦਾ ਆਪਾਂ ਨੂੰ ਸਿਖਾਇਆ ਜਾਂਦਾ ਏ ਮਲਟੀ ਐ ਠੀਕ ਐ ਏ ਮਲਟੀਪਲਾਈ ਆਪਣੇ ਕੋਲੇ ਆ ਜਾਣਾ ਐ ਦੇਖੋ ਸੌਰੀ ਫॉर दैट ਏ ਨਹੀਂ ਬਲਕਿ ਡੀ ਲਿਖੋ ਨਾ ਡੀ ਇੰਟੂ ਏ ਤੁਸੀਂ ਲਿਖਣਾ D A ਤੁਹਾਡੇ ਕੋਲ ਕੀ ਆ ਜਾਣਾ ਹੈ P ਫॉर ਟੋਟਲ ਨੰਬਰ 1 ਠੀਕ ਹੈ 1 ਫਿਰ ਤੁਹਾਡੇ ਕੋਲ ਆ ਜਾਣਾ ਹੈ ਨੰਬਰ ਸਿਮਿਲਰिटीज ਹੈ ਨੰਬਰਾਂ 'ਚ ਕੋਈ ਕਦੇ ਫਰਕ ਨਹੀਂ ਹੋਏਗਾ ਔਰ ਤੁਹਾਡੇ ਕੋਲ ਆ ਜਾਣਾ D ਇਹ ਇੱਕ ਬੇਸਿਕ ਮੈਥਡ ਹੈ ਤੁਹਾਨੂੰ ਹਰ ਕਿਤੇ ਕਿਤਾਬ 'ਚ ਮਿਲ ਜੇਗਾ ਯਰ ਪਰ ਮੈਂ ਬੱਚਿਆਂ ਨੂੰ ਨਹੀਂ ਕਰੂੰਗਾ ਤੁਸੀਂ ਕਰਕੇ ਦੇਖ ਸਕਦੇ ਹੋ ਪਰ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰਾਂਗਾ ਕਿ ਇਸ ਤਰੀਕੇ ਦਾ ਆਨਸਰ ਕਰੋ 37 ਆਨਸਰ ਆਇਆ ਕਿਸੇ ਦਾ 37 ਮੈਂ ਠੀਕ ਹੈ ਬਿਲਕੁਲ 37 ਤੇ ਐਪਰੀਸ਼ੀਏਟ ਕਰਾਂਗਾ ਡਨ ਕਿਉਂਕਿ ਇਹ ਪ੍ਰੋਸੈਸ ਲੌਂਗ ਹੈ ਮੈਂ ਤੁਹਾਨੂੰ ਪ੍ਰੋਸੈਸ ਕੀ ਦੱਸੀ ਸੀ ਕਿ ਆਪਾਂ ਨੂੰ 11 ਤੋਂ 63 ਤੱਕ ਪੁੱਛਿਆ 11 ਤੋਂ 63 ਤੱਕ ਪੁੱਛਿਆ ਤੁਸੀਂ ਕੀ ਕਰੋਗੇ ਤੁਸੀਂ ਲਿਖਣਾ ਹੈ ਨੈਚੁਰਲ ਨੰਬਰ ਦਾ ਫਾਰਮੂਲਾ ਕੀ ਸੀ n n 1 2 ਸੀ ਰਿਵੀਜ਼ ਕਰਾਵਾਂਗਾ ਥਿਸ ਇਸ ਨੈਚੁਰਲ ਨੰਬਰ ਸਮ ਦਾ ਫਾਰਮੂਲਾ ਸੀ ਈਵਨ ਨੰਬਰ ਦਾ ਸਮ ਦਾ ਫਾਰਮੂਲਾ ਸੀ n n 1 ਅਪੋਂ ਤੁਹਾਡੇ ਕੋਲੇ ਕੀ ਹੋ ਜਾਏਗਾ 2n+1 ਡਿਵਾਈਡ ਬਾਈ ਕਿੰਨਾ ਆ ਜਾਏਗਾ 6 ਹੈ ਡਿਵਾਈਡ ਬਾਈ ਕਿੰਨਾ ਆ ਜਾਏਗਾ 6 ਹੈ ਥਿਸ ਇਜ਼ ਦਾ ਫਾਰਮੂਲਾ ਹੈ ਇਹ ਸਾਡੇ ਕੋਲੇ ਫਾਰਮੂਲਾ ਹੈ ਠੀਕ ਹੈ ਜੀ ਜੀ ਕਿਸੇ ਬੱਚੇ ਨੇ ਕਿਹਾ ਕਿ ਸਰ ਬਿਲਕੁਲ 37 ਅਨਸਰ ਕਰਤਾ ਕਹਿੰਦੇ ਜੀ ਇਸ ਤਰੀਕੇ ਨਾਲ ਕਿਦਾਂ ਕਰਨਾ ਹੋਏਗਾ ਅਗਰ ਤੁਸੀਂ ਇਸ ਤਰੀਕੇ ਨਾਲ ਅਗਰ ਅਨਸਰ ਕਰਨਾ ਹੈ ਤਾਂ ਐਸ ਮੀਨ ਟੋਟਲ ਨੰਬਰ ਤੁਹਾਡੇ ਕੋਲੇ ਕਿੰਨੇ ਹੋਗੇ 26 ਤਾਂ ਆਪਾਂ ਲਿਖਾਂਗੇ 26 ਅਪੋਂ ਬਾਈ 2 ਹੈ ਇਨ ਟੂ ਬ੍ਰੈਕਟ ਦੇ ਵਿੱਚ ਡੀ ਫੋਰ ਡਿਫਰੈਂਸ ਡਿਫਰੈਂਸ ਆਫ ਨੰਬਰ ਦੋ ਦੋ ਦਾ ਅੰਤਰ ਆਏਗਾ ਟੋਟਲ ਨੰਬਰ ਆਪਣੇ ਕੋਲੇ ਕਿੰਨੇ ਹੋ ਗਏ ਅ ਬਲਕਿ ਆਪਣੇ ਕੋਲੇ ਸਟਾਰਟਿੰਗ ਨੰਬਰ ਆਏਗਾ 12 ਆਏਗਾ ਕਿਉਂਕਿ 11 ਤੋਂ ਬਾਅਦ 12 ਹੀ ਹੁੰਦਾ ਹੈ ਪਲੱਸ ਆਪਣੇ ਕੋਲ ਟੋਟਲ ਨੰਬਰ ਕਿੰਨੇ ਨੇ ਟੋਟਲ ਨੰਬਰ ਆਪਣੇ ਕੋਲੇ 26 ਨੇ ਮਾਈਨਸ 1 ਆ ਜਾਏਗਾ ਕਲੀਅਰ ਹੈ ਫਿਰ ਆਪਣੇ ਕੋਲ ਆ ਜਾਣਾ ਇੰਟੂ ਡੀ ਫੋਰ ਮਤਲਬ ਡਿਫਰੈਂਸ ਯਾਨੀ ਸਰਵ ਅੰਤਰ ਇਹਨੂੰ ਕੈਨਸਲ ਕਰਾਂਗੇ ਆਪਣੇ ਕੋਲੇ 13 ਆ ਗਿਆ ਸੋ ਥੈਟ ਆਪਾਂ ਇੱਥੇ ਲਾਵਾਂਗੇ ਟੋਟਲ 12 ਨੂੰ ਨਾ ਕਿੰਨਾ ਹੈ 24 ਹੈ ਮਾਈਨਸ ਆਪਣੇ ਕੋਲੇ ਕਿੰਨਾ ਆ ਜਾਣਾ ਇਹ ਤੁਹਾਡੇ ਕੋਲੇ 25 ਦੋਨਾ 50 ਕਰਦਾ ਮੈਂ ਡਾਇਰੈਕਟ ਇਸ ਨੂੰ 2 25 50 2 50 ਯਾਨੀ ਡਾਇਰਟ ਆਪਾਂ 50 ਕਰ ਦਈਏ ਕੋਈ ਦਿੱਕਤ ਨਹੀਂ 2 25 ਇੰਚ ਕਰ ਦਨੇ ਆ ਤਾਂ 13 24 ਤੁਹਾਡੇ ਕੋਲੇ 50 ਹੈ ਸੋ 13 ਦੋਨਾਂ ਨੂੰ 74 ਕਰੋਗੇ ਤਾਂ ਤੁਹਾਡਾ ਆਨਸਰ ਕੁਇਕਲੀ ਆ ਸਕਦਾ ਆ ਟੋਟਲ ਤੁਹਾਡੇ ਕੋਲੇ ਨੰਬਰ ਕਿੰਨੇ ਆ 962 ਠੀਕ ਹੈ ਹੁਣ 962 ਦੀ ਐਵਰੇਜ ਦੀ ਗੱਲ ਹੋ ਰਹੀ ਸੀ ਭਈਆ ਐਵਰੇਜ ਦੀ ਗੱਲ ਹੋ ਰਹੀ ਸੀ ਤਾਂ ਟੋਟਲ ਹੋ ਜਾਣਾ 962 26 ਹੈ ਤਾਂ 26 3 78 ਹੁੰਦਾ ਠੀਕ ਹੈ ਤਾਂ ਤੁਸੀਂ ਵਾਜਣਾ ਤੁਹਾਡੇ ਕੋਲੇ ਵੈਲਿਊ ਟੋਟਲ 700 ਬਰਾਬਰ 7 ਟਾਈਮ ਚਲੀ ਜਾਏਗੀ 7 6 42 ਤੇ ਇੱਕ ਇਹ ਤਰੀਕਾ ਹੈ ਇੱਕ ਲੌਜੀਕ ਹੈ ਕਿ ਤੁਸੀਂ ਇਦਾਂ ਰੂਲ ਦੇ ਮੁਤਾਬਿਕ ਕਰ ਸਕਦੇ ਹੋ ਰੂਲ ਦੇ ਅਕੋਰਡਿੰਗ ਕਰ ਸਕਦੇ ਹੋ ਅਗਰ ਤੁਸੀਂ ਮੇਰੇ ਵਾਲੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਕਰੋ ਸਭ ਤੋਂ ਪਹਿਲਾਂ ਤਾਂ ਤੁਸੀਂ 1 ਲੈ ਕੇ 61 ਤੱਕ ਕਰ ਲਓ 63 ਤੱਕ ਕਰੋ ਮਾਫ ਕਰਨਾ ਜਰਾ ਤੁਸੀਂ ਕੀ ਕਰਨਾ ਹੈ 1 2 63 ਹੁਣ 1 2 ਤੋਂ ਨਹੀਂ ਸ਼ੁਰੂ ਹੁੰਦਾ ਬਲਕਿ ਈਵਨ ਨੰਬਰ ਹੁੰਦਾ 2 ਤੋਂ

ਸਿਮਿਲਰਿਟੀਆਂ ਅਗਰ ਇਹਨਾਂ 'ਚੋ ਮਾਈਨਸ ਕਰ ਦਾਂਗੇ ਆਪਾਂ ਸਟਾਰਟ ਦੇ 11 ਨੰਬਰਾਂ ਤੋਂ ਪਹਿਲਾਂ ਦਾ ਤਾਂ ਆਪਣਾ ਆਨਸਰ ਆ ਜਾਏਗਾ ਕਲੀਅਰ ਹੈ ਕੋਈ ਦਿੱਕਤ ਨਹੀਂ ਹੈ ਕਨਸੈਪਟ ਸਮਝ ਆਉਣਾ ਚਾਹੀਦਾ ਥੋੜੇ ਤੁਹਾਨੂੰ ਠੀਕ ਹੈ ਇੱਕ ਤਰੀਕਾ ਹੁੰਦਾ ਹੈ ਇੱਕ ਯੂਨਿਕ ਮੈਥਡ ਹੋਰ ਵੀ ਹੈ ਯੂਨਿਕ ਮੈਥਡ ਇਹ ਵੀ ਕਹਿੰਦਾ ਹੈ ਯੂਨਿਕ ਮੈਥਡ ਇਹ ਵੀ ਕਹਿੰਦਾ ਹੈ ਕਿ ਜਦੋਂ ਵੀ ਤੁਸੀਂ ਇਸ ਤਰੀਕੇ ਦਾ ਆਨਸਰ ਕਰਨਾ ਹੈ ਬਲਕਿ ਯੂਨਿਕ ਮੈਥਡ ਕਹਿੰਦਾ ਹੈ ਦਾ ਫਰਸਟ ਨੰਬਰ ਕੀ ਯੂਜ਼ ਕਰੋਗੇ ਥਿਸ ਇਜ਼ ਫਰਸਟ ਨੰਬਰ ਫਰਸਟ ਨੰਬਰ ਯੂਜ਼ ਕਰੋ ਠੀਕ ਹੈ ਔਰ ਇਹਦੇ ਨਾਲ ਕੀ ਕਰੋ ਪਲੱਸ ਲਾ ਕੇ टोटल नंबर टोटल नंबर यानी इवन नंबर गल करते हैं तो लास्ट नंबर की बनेगा लास्ट नंबर बनेगा ना ठीक है लास्ट नंबर बनेगा ना तो डिवाइड बाई की कर देना टू कर देना दिस इज ऑलसो द बेसिक कॉन्सैप्ट मैं कॉन्सैप्ट सिखाया है वैन द डिफरेंस ऑफ ऑल द नंबर आर सेम वट वैन द डिफरेंस ऑफ ऑल द नंबर आर सेम यूज द मैथड द फर्स्ट एंड द लास्ट डिवाइड बाई टू डिवाइड बाई टू आंसर कर सकते हो क्विकली ठीक है लेकिन हाँ बिल्कुल क्लीयर है आ, फर्स्ट एंड इलेवन देखो एक गायस इतों याद रखना है कि ये भी सवाल देखो इतों तुम फर्स्ट नंबर ट्वेल्व लाता लास्ट नंबर सिक्सटी ला टू लाता डिवाइड बाय टू किया टोटल कि आ जाए टोटल थोड़े को आ गया दिस इ, दिस विल बी फोर दिस विल बी टोटल आ गया सैवन डिवाइड बाय टू इज इक्वल थर्टी वन बिल्कुल सही है कोई दिक्कत नहीं है हाँ अनु का आंसर ठीक है मन गगनद का ठीक है मनप्रीत का आंसर ठीक है का आंसर ठीक है विक्रंत बिल्कुल ठीक है क्लीयर क्लीयर है कहते है, है, अच्छे तरीके एक सवाल के चार मैथड आप तीन मैथड किए चलिए नैक्सट क्वेश्चन हलवा है हलवा क्वेश्चन करा फाइंड द एवरेज ऑफ ऑल द प्राइम नंबर बिटवीन सिक्सटी टू नाइन फाइंड द एवरेज ऑफ प्राइम नंबर बिटवीन सिक्सटी टू नाइन इतने कॉन्सैप्ट फेगा अपना इतने कॉन्सैप्ट इस तरीके फसेगा कि याद रखना है कि प्राइम नंबर तो शुरू कर दें पहला तो वट इज द प्राइम नंबर द नंबर व्हिच हैविंग ओनली टू फैक्टर इज कॉल्ड ए प्राइम नंबर प्राइम नंबर ऑलवेज स्टार्टेड फ्रॉम ए 2 एंड देयर इज नो ए एंड पॉइंट इफ वी आर टॉकिंग अबाउट द अप टू 100 अप टू 100 ਦਾ ਮਤਲਬ ਹੋ ਗਿਆ ਕਿ 0 ਤੋਂ ਲੈ ਕੇ 100 ਤੱਕ ਦੇ ਨੰਬਰਾਂ ਦੇ ਵਿੱਚ ਟੋਟਲ ਕਿੰਨੇ ਪ੍ਰਾਈਮ ਨੰਬਰ ਹੁੰਦੇ ਨੇ ਪ੍ਰਾਈਮ ਨੰਬਰਾਂ ਦਾ ਮਤਲਬ ਹੁੰਦਾ ਐ ਭਾਜਿਆ ਸੰਖਿਆ ਟੋਟਲ 25 ਹੁੰਦੀਆਂ ਪਰੰਤੂ ਹੁਣ ਆਪਾਂ ਕੀ ਕਰਨਾ ਹੈ ਕਿ ਐਵਰੇਜ ਆਫ ਪ੍ਰਾਈਮ ਨੰਬਰ ਬੀਟਵੀਨ 60 ਟੂ 90 ਭਈਆ 60 ਟੂ 90 ਦੀ ਗੱਲ ਕਰੀਏ ਹੁਣ ਤੁਸੀਂ ਕਿਹੜਾ ਮੈਥਡ ਯੂਜ਼ ਕਰੋਗੇ ਤਾਂ ਮੈਂ ਤੁਹਾਨੂੰ ਫਸਟ ਨੰਬਰ ਤੇ ਲਾਸਟ ਨੰਬਰ ਦਾ ਇਹ ਸਿਖਾਇਆ ਸੀ ਕੀ ਸਿਖਾਇਆ ਸੀ ਮੈਂ ਇਹ ਸਿਖਾਇਆ ਸੀ ਜਦੋਂ ਤੁਹਾਡੇ ਕੋਲੇ ਨੰਬਰਾਂ ਦੇ ਵਿੱਚ ਗੈਪ ਅੰਤਰ ਡਿਫਰੈਂਸ ਬਰਾਬਰ ਹੋਵੇ ਤਦਾਂ ਤੁਸੀਂ ਪਹਿਲਾ ਅੰਤਿਮ ਕਰਕੇ ਡਿਵਾਈਡ ਬਾਈ 2 ਕਰ ਦੇਣਾ ਹੁਣ ਸਾਡੇ ਕੋਲੇ ਜਨਰਲੀ ਗੱਲ ਕਰਦੇ ਆਂ ਤਾਂ 60 ਤੋਂ ਬਾਅਦ ਆਪਣੇ ਕੋਲੇ 61 ਹੈ ਦੈਨ ਵੀ ਹੈ 67 ਹੈ ਦੈਨ ਮੈਂ ਕਹਿ ਸਕਦਾ ਕਿ 69 ਨਹੀਂ ਹੋਏਗਾ 71 ਹੈ 73 ਹੈ 79 ਹੈ ਦਨ ਆਪਣੇ ਕੋਲੇ 83 ਹੈ ਐਂਡ 1 ਆਈ ਹੈਵ ਏ 89 ਹੈ ਠੀਕ ਹੈ ਤਾਂ ਇਹ ਸਾਡੇ ਕੋਲੇ ਨੰਬਰ ਬਣਦੇ ਨੇ ਇਹਨਾਂ ਦੀ ਐਵਰੇਜ ਕਰਨਾ ਇਟਸ 올 ਡਿਪੈਂਡ ਔਨ ਯੂ ਕਿਉਂਕਿ ਇਹਨਾਂ ਚ ਗੈਪ ਇਕੁਅਲ ਨਹੀਂ ਹੈ ਗੈਪ ਇਕੁਅਲ ਨਹੀਂ ਹੈ ਤਾਂ ਐਡ ਔਨ ਤੁਸੀਂ ਕਰਨਾ ਹੈ ਥਿਸ ਇਜ਼ ਫॉर ਯੂ ਤੁਸੀਂ ਆਪਣਾ ਆਨਸਰ ਦੱਸਣਾ ਕਮੈਂਟ ਕਰਕੇ ਠੀਕ ਹੈ ਚਲੋ ਜੇ ਤੁਹਾਡਾ ਆਨਸਰ ਗਲਤ ਵੀ ਕਿਉਂ ਨਾ ਆਵੇ ਬਟ ਤੁਸੀਂ ਕਮੈਂਟ ਕਰਕੇ ਜਰੂਰ ਦੱਸੋਗੇ ਮੈਨੂੰ ਠੀਕ ਹੈ ਚਲੋ ਕਵਿਕਲੀ नैक्ट क्वेश्चन है थोड़ा मैं टफ लैवल के क्वेश्चन ठीक है बिगनिंग च मैं हौली हौली चलाँगा हौले हौले हो जाता है हौले हौले समझ आएगा सबको ठीक है चलिए जी अगला क्वेश्चन है एवरेज ऑफ फाइव ईयरस है विच दैट आर फोर बॉयज ऑफ सिक्स ईयर एंड तेन मंथ द एज ऑफ फिफ्थ बॉय चलिए क्विकली फटाफट आंसर दसो कि आंसर होगा क्विकली क्विकली जिन्हें भी स्टूडेंट्स ने फटाफट आंसर दसो कि आंसर होगा चलिए भी चलिए शाबाश 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 सब लोग फाइंड करो ठीक है हाँ मनजिंदर पर्सनल गल जल्दी जल्दी आंसर करना है ठीक है ਦੇਖੋ ਜੀ ਕਿਦਾਂ ਤੁਸੀਂ ਆਨਸਰ ਕਰਨਾ ਹੈ ਬਹੁਤ ਸ਼ਾਰਟ ਮੈਥਡ ਹੈ ਬਹੁਤ ਹੀ ਸਿੰਪਲ ਜਿਹਾ ਪਹਿਲਾਂ ਤਾਂ ਕੁਐਸਚਨ ਸਮਝ ਲਓ ਕੁਐਸਚਨ ਸਮਝ ਲਓ ਵੀ ਕੁਐਸਚਨ ਸਾਨੂੰ ਪੁੱਛਿਆ ਕੀ ਜਾ ਰਿਹਾ ਪੁੱਛਿਆ ਜਾ ਰਿਹਾ ਕਿ ਟੋਟਲ ਬॉयज ਟੋਟਲ ਆਪਣੇ ਕੋਲੇ 5 ਹੈ ਪੰਜਾਂ ਦੀ ਅਗਰ ਆਪਾਂ ਟੋਟਲ ਏਜ ਬਣਾਵਾਂਗੇ ਤਾਂ ਆਪਣੇ ਕੋਲੇ ਕਿੰਨਾ ਹੋ ਜਾਣਾ 16 5 80 ਹੋ ਜਾਣਾ ਹੁਣ ਆਪਣੇ ਕੋਲੇ ਕਿੰਨੇ ਨੇ ਨੈਕਸਟ ਵੀ ਹੈਵ ਏ ਸਾਡੇ ਕੋਲੇ 4 ਬੱਚੇ ਨੇ ਹੁਣ ਚਾਰਾਂ ਬੱਚਿਆਂ ਦੀ ਕਿੰਨੀ ਹੈ 16 ਇਹਨੂੰ ਕਿਦਾਂ ਕਰੋਗੇ ਤੁਸੀਂ ਇਦਾਂ ਲਿਖ ਸਕਦੇ ਹੋ 16 3 ਬਾਈ ਕਿੰਨਾ 12 12 ਕਿਉਂ ਲਿਖਿਆ 12 ਇਸ ਕਰਕੇ ਲਿਖਿਆ ਹੈ ਕਿਉਂਕਿ 1 ਸਾਲ ਚ 12 ਮੰਥ ਹੁੰਦੇ ਨੇ ਤਾਂ ਤੁਸੀਂ ਇਹਨੂੰ ਕਟੋਗੇ 1 ਬਾਈ ਕਿੰਨਾ 4 ਹੈ ਤਾਂ ਤੁਸੀਂ ਇਦਾਂ ਵੀ ਲਿਖ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਹੈ ਕਿ ਕੁਐਸਚਨ ਦੇ ਵਿੱਚ ਹਮੇਸ਼ਾ ਟਫ ਕੰਡੀਸ਼ਨ ਸੀ ਤੁਸੀਂ ਬਣਾਉਣੀ ਹੈ ਤਾਂ ਤੁਸੀਂ ਲਿਖ ਸਕਦੇ ਹੋ 16 ਚੋਂ ਕਿ 64 ਤੱਕ 65 ਬਟੇ ਕਿੰਨਾ 4 ਹੈ ਤਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਦੇਖੋ ਹੁਣ ਆਪਾਂ ਕਿਵੇਂ ਕਰਨਾ ਹੈ ਆਪਾਂ ਇੱਥੇ ਲਿਖਣਾ ਹੈ 4 ਇੰਟੂ ਕਿੰਨੀ ਐਵਰੇਜ ਆਪਣੇ ਕੋਲੇ 65 ਅਪੋਨ ਬਾਈ 4 ਹੈ 4 ਨਾਲ 4 ਕੈਨਸਲ ਹੋ ਗਿਆ सो so, एवरेज बचे टोटल कि वैल्यू कि मेरे को मेरे को बच्चों को चार बच्चों को दसो भी एक बच्चे को बचे तो वन परसन कोचन गए हैव लैफ हाउ मनी देर देर आर फिफ्टीन रुपी सो दैट द एक बच्चे की एज है उन्हें पूछे किएगी तो पंद्रह साल होगी ऑप्शन नंबर पहला हो ਹਲਵਾ ਕੁਐਸਚਨ ਹੈ ਕੋਈ ਮੁਸੀਬਤ ਨਹੀਂ ਕੋਈ ਦਿੱਕਤ ਨਹੀਂ ਸਭ ਨੂੰ ਸਮਝ ਆ ਪਾ ਰਿਹਾ ਠੀਕ ਹੈ ਜੀ ਬਿਲਕੁਲ ਹੈ ਕਲੀਅਰ ਨੈਕਸਟ ਕੁਐਸਚਨ ਦੇਖਾਂਗੇ ਕੁਐਸਚਨ ਨੰਬਰ ਹੈ ਨੈਕਸਟ ਵੈਰੀ ਵੈਰੀ ਇੰਪੋਰਟੈਂਟ ਹੈ ਦਾ ਐਵਰੇਜ ਏਜ ਆਫ 30 ਗਰਲਸ ਇਜ਼ 13 ਈਅਰ ਯਾਨੀ 30 ਲੜਕੀਆਂ ਦੀ ਏਜ ਕਿੰਨੀ ਹੈ ਆਪਣੇ ਐਵਰੇਜ ਕਿੰਨੀ ਹੈ 13 ਹੈ ਉਹ ਕਹਿੰਦਾ ਕਿ ਫਸਟ 18 ਦੀ ਕਿੰਨੀ ਹੈ 15 ਹੈ ਤਾਂ ਫਾਈਂਡ ਆਊਟ ਦਾ ਏਜ ਆਫ ਰਿਮੇਨਿੰਗ 12 ਗਰਲਸ ਬਚੀਆਂ ਹੋਈਆਂ 12 ਦੀ ਐਵਰੇਜ ਦੱਸੋ ਕਨਸੈਪਟ ਕਲੀਅਰ ਕਰ ਲਓ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੇਗੀ सब तो पहला आप गल करते हैं कि मेरे को इस परूलर क्वेश्चन के मैं अगर इदा लिखा कि लाइन के उपर टोटल थर्टीन गर्ल्स बैठी हैं या मैं कह कि मेरी क्लास के टोटल थर्टीन गर्ल्स हैं और हर गर्ल्स की एवरेज रूपी मैं कह कि हर बच हर लड़की को अगर तेरह तेरह रुपए है तो टोटल किन्ने हो गए यू कैन से दैट कि टोटल अपने को गया थर्टी इंटू थर्टीन इज इक्वल टोटल है कि थ्री नाइनटी कि हो जाएगा थ्री नाइनटी हो जाएगा सो सिमिलरिटीज़ अपने को 18 ਗਰਲਸ ਕੋਲੇ ਕਿੰਨਾ ਹੈ 15 ইয়ার্স ਹੈ তো ਆਪਾਂ ਮਲਟੀਪਲਾਈ ਕਰਾਂਗੇ 18 5 90 9 ਹੈ 18 9 27 ਇਟ ਮੀਨਸ 270 ਹੈ ਠੀਕ ਹੈ ਉਹ ਕਹੇ ਨੈਕਸਟ ਕੁਐਸਚਨ ਆਪਾਂ ਨੂੰ 12 ਦਾ ਪੁੱਛੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਪਣੇ ਕੋਲੇ ਟੋਟਲ ਮੈਂ ਕਹਾਂਗਾ ਕਿ ਮੇਰੇ ਕੋਲ 13 ਮੈਂਬਰ ਹੈ 13 ਮੈਂਬਰਾਂ 30 ਮੈਂਬਰਾਂ ਕੋਲੇ 30 ਮੈਂਬਰਾਂ ਕੋਲੇ ਟੋਟਲ 390 ਰੁਪਏ ਹੈ ਜਿਨ੍ਹਾਂ ਚੋਂ 18 ਕੋਲੇ 270 ਹੈ ਤੇ ਬਾਕੀ ਕਿੰਨੇ ਬਚੇ ਹੈ आई हैव लेफ्ट राइट नो कितने बचे मेरे को 120 बचे हुए हैं टोटल मेंबर कितने हैं 12 है तो आपा इनਾਂ ਦੀ ਕੀ ਫਾਈਂਡ ਕਰਨੀ ਹੈ ਐਵਰੇਜ ਫਾਈਂਡ ਕਰਨੀ ਹੈ ਹੁਣ ਐਵਰੇਜ ਫਾਈਂਡ ਕਰਨੀ ਤਾਂ ਆਪਾਂ ਇੱਥੇ ਕੀ ਲਿਖਾਂਗੇ ਆਪਾਂ ਲਿਖਾਂਗੇ ਇੱਥੇ ਟੋਟਲ ਅਪੋਨ ਨੰਬਰ ਆਫ ਕੁਆਂਟੀਟੀ ਮਤਲਬ ਕੀ ਲਿਖਾਂਗੇ ਨੰਬਰ ਆਫ ਕੁਆਂਟੀਟੀ ਟੋਟਲ ਕਿੰਨਾ ਹੋ ਜਾਏਗਾ 120 ਡਿਵਾਈਡ ਬਾਈ ਕਿੰਨਾ ਹੈ 12 ਕੈਨਸਲ ਕਰਾਂਗੇ 10th ਆਪਣੇ ਕੋਲੇ ਆਫੀਸ਼ੀਅਲ ਆਨਸਰ ਕਿੰਨਾ ਆ ਜਾਏਗਾ অপਸ਼ਨ ਨੰਬਰ অপਸ਼ਨ ਨੰਬਰ ਬੀ 10 ਸਾਲ ਬਿਲਕੁਲ ਕਲੀਅਰ ਹੈ ਕਲੀਅਰ ਹੈ ਸ਼ਾਬਾਸ਼ ਬ੍ਰੇਕਾਂ ਨਹੀਂ ਲਾਉਣੀ ਆ ਕਿਸੇ ਵੀ ਕਿਸੇ ਵੀ ਸਟੂਡੈਂਟਸ ਨੇ ਹਰ ਇੱਕ ਕਲਾਸ ਬੇਰੀ ਬੇਰੀ ਇੰਪੋਰਟੈਂਟ ਹੈ ਠੀਕ ਹੈ ਇਹ ਚੀਜ਼ ਤੁਸੀਂ ਖਾਸ ਤੌਰ ਤੇ ਯਾਦ ਰੱਖਣਾ ਬਹੁਤ ਸਾਰੇ ਬੱਚੇ ਕਹਿੰਦੇ ਆ ਲਾਈਵ ਕਲਾਸ ਦੇ ਦਿਓ ਲਾਈਵ ਕਲਾਸ ਦੇ ਦਿਓ ਇੱਕ ਵਾਰ ਸ ਹਿਊਮਰ ਹੀ ਹੁੰਦਾ ਲਾਈਵ ਕਲਾਸ ਦਾ ਅਗਰ ਇੱਥੇ ਬੱਸ ਇਹ ਕੈਮਰੇ ਨੂੰ ਆਪਾਂ ਵਿਜ਼ਿਬਿਲਿਟੀ ਹਟਾ ਦਾਂਗੇ ਤਾਂ ਲਾਈਵ ਕਲਾਸ ਤੁਹਾਡੀ ਬਸ ਤੁਹਾਡਾ ਵਹਿਮ ਦੂਰ ਕਰਨਾ ਤੁਹਾਨੂੰ ਤੁਹਾਨੂੰ ਖੁਸ਼ ਦੱਸਣਾ ਹੈ ਇਸ ਦਾ ਠੀਕ ਹੈ ਚਲੋ ਜੀ ਅਗਲਾ ਸਵਾਲ ਹੈ ਹਾਂ ਜੀ ਬਿਲਕੁਲ ਬਿਲਕੁਲ ਕਹਿੰਦੇ ਜੀ ਜੀਕੇ ਵਾਲੇ ਕੱਲ ਆ ਜਾਣਗੇ ਠੀਕ ਹੈ ਐਵਰੇਜ 13 ਰਿਜ਼ਲਟ ਇਜ਼ ਕਿੰਨਾ ਹੈ एंड सैवन का रिजल्ट कि फिफ्टी नाइन है तो सैवन का रिजल्ट कि सिक्सटी वन है तो दसो कि सैवनथ मैंबर का रिजल्ट कि आएगा दिस इज फॉर यू ये करना है ठीक है चलिए भी नैक्सट क्वेश्चन है एवरेज ऑफ नाइन मैंबर कि नाइन मैंबर की किन्नी है फिफ्टी है फस्ट फाइव मैंबर की किन्नी सी फिफ्टी फोर है लास्ट थ्री मैंबर की किन्नी सी फिफ्टी थ्री है तो दसो भी सिक्सथ मैंबर की एवरेज होएगी ये क्वेश्चन ऑलरेडी मैं डिस्कस कर चुके हैं ਮੈਂ ਰਿਵੀਜ਼ਨ ਦੇ ਲਈ ਕਈ ਕੁਐਸਚਨਸ ਫਰੇਮ ਕਰਕੇਤੇ ਨੇ ਜਿਸ ਕਰਕੇ ਤੁਹਾਨੂੰ ਹੈਲਪ ਮਿਲੇਗੀ ਤੇ ਇਹ ਵੀ ਕੁਐਸਚਨਸ ਤੁਸੀਂ ਕਰਨਾ ਹੈ ਦਿਸ ਇਜ਼ ਫਾਰ ਯੂ ਨੈਕਸਟ ਕੁਐਸਚਨ ਆਲਸੋ ਬਹੁਤ ਹੀ ਸਿੰਪਲ ਹਲਵਾ ਜਿਹਾ ਕੁਐਸਚਨ ਹੈ 30 ਮੈਂ 30 ਊਮਨ ਹੈ ਡਿਕਰੀਜ਼ ਹੋ ਜਾਂਦੀ ਹੈ 3 ਮਹੀਨੇ ਇਫ ਨਿਊ ਨੇਹਾ ਇਜ਼ ਇਨ ਨਿਊ ਮੈਂਬਰ ਨੇਹਾ ਇਜ਼ ਇਨਕਲੂਡਡ ਪਲੇਸ ਆਫ 25 ইয়ার্স ওল্ড ਕੈਲਕੂਲੇਟ ਦਾ ਏਜ ਆਫ ਨੇਹਾ ਟ੍ਰਿਕ ਨਾਲ ਕਰੀਏ ਕਿ ਕਿੱਦਾਂ ਕਰੀਏ ਤੁਸੀਂ ਦੱਸੋ ਜੀ ਟ੍ਰਿਕ ਨਾਲ ਕਰੀਏ ਕਿ ਨੋਨ ਟ੍ਰਿਕ ਨਾਲ ਕਰੀਏ ਆਪਾਂ ठीक है ठीक है शाबाश क्लियर हां हाँ जी 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 बिल्कुल देखो एवरेज डिक्रीज बाई तीन महीने सब तो पहला अगर आप सॉल्व करा आप लिखा एवरेज डिक्रीज बाय 3 मंथ्स इज इक्वल आपा की लिखांगे आपा लिखांगे 3/12 क्योंकि आपा पर्टिकुलर पूरे क्वेश्चन नो ईयर च कन्वर्ट कर लांगे तो अपने कोले कितना हो जाएगा 1/4 ईयर क्लियर है एतो तक सब नु समझ आ गया ठीक है सम ऑफ द एज डिक्रीज सम ऑफ द एज डिक्रीज क्वेश्चन है कि 30 महिलावां ਟੋਟਲ ਕਿੰਨਾ ਸਮ ਹੋ ਜਾਏਗਾ ਮੈਥ ਲਿਖਾਂਗਾ ਸਮ ਆਫ ਦਾ ਸਮ ਆਫ ਦਾ ਏਜ ਡਿਕਰੀਸ ਇਜ਼ ਇਕੁਅਲ 30 ਇੰਟੂ 4 बटे ਕਿੰਨਾ ਹੈ ਤੁਹਾਡੇ ਕੋਲ 1/4 1/4 ਨਾਲ ਕੈਨਸਲ ਕਰਾਂਗੇ ਤਾਂ ਸਮਥਿੰਗ ਸਮਥਿੰਗ ਤੁਹਾਡੇ ਕੋਲ ਕਿੰਨਾ ਆ ਜਾਣਾ ਹੈ 7.5 ਇਅਰ ਆ ਜਾਣਾ ਹੈ ਐਨੀ ਚੀਜ਼ ਸਭ ਨੂੰ ਸਮਝ ਆ ਗਈ ਹੈ ਠੀਕ ਹੈ ਜੀ ਕਲੀਅਰ ਹੈ ਓਵਰঅল ਅਗਰ 30 ਮਹਿਲਾ ਹੈ 30 ਮਹਿਲਾਵਾਂ ਦੀ ਉਮਰ 3 ਮਹੀਨੇ ਪਰਦੇ حساب ਨਾਲ ਡਿਕਰੀਸ ਹੋ ਜਾਂਦੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ 3 ਮੰਥ ਦਾ ਮਤਲਬ ਕਿ ਸਾਲ ਚ ਕਨਵਰਟ ਕਰਾਂਗੇ ਤਾਂ 1/12 ਨਾਲ ਡਿਵਾਈਡ ਕਰ ਦਾਂਗੇ ਤਾਂ ਇਟ ਕੈਨ ਬੀ ਡੂ ਇਹ ਕੀ ਹੋ ਸਕਦਾ ਹੈ ਬੜਾ ਹੀ ਸਿੰਪਲ ਤથા ਬੜਾ ਹੀ ਲੌਜੀਕਲ ਤਰੀਕੇ ਦਾ ਕੁਐਸਚਨ ਬਣੇਗਾ so that ਸਾਢੇ 7 ਸਾਲ ਥੋੜੀ ਐਵਰੇਜ ਪੂ ਟੋਟਲ ਇੱਥੇ ਕੀ ਜਾਏਗੀ ਕੱਟ ਹੋ ਜਾਏਗੀ ਸਾਢੇ 7 ਸਾਲ ਕੱਟ ਜਾਏਗੀ ਤਾਂ ਤੁਸੀਂ ਕਹਿ ਸਕਦੇ ਹੋ ਸਵਾਲ ਦੇ ਅੰਦਰ ਸਿੰਪਲ ਜਿਹਾ ਪ੍ਰੋਸੀਜਰ ਸਿੰਪਲ ਜਿਹਾ ਫੰਡਾ ਇੰਪਲੀਮੈਂਟ ਕਰਕੇ ਸਮ ਆਫ ਦਾ ਏਜ ਆਫ ਡਿਕਰੀਸ ਟੋਟਲ 30 ਊਮਨ 30 ਊਮਨ ਦੀ ਕਿੰਨੀ ਹੈ 7.5 7.5 ਸਾਲ ਕੱਟ ਜਾਏਗੀ ਸੋ ਪਿਆਰੇ ਬੱਚੋ ਇਹਨਾਂ ਨੇ ਕਿਹਾ ਯਾਰ ਕਿ 25 ਸਾਲ ਦੀ ਮਹਿਲਾ ਨੂੰ ਸ਼ਾਮਿਲ ਕੀਤਾ ਹੈ ਠੀਕ ਹੈ ਤੇ ਨਿਊ ਏਜ ਕੀ ਹੋ ਜਾਏਗੀ ਬੜਾ ਸਿੰਪਲ ਜਿਹਾ ਹੈ ਨਿਊ ਏਜ ਆਫ ਨੇਹਾ ਨਿਊ ਏਜ ਆਫ ਨੇਹਾ ਤਾਂ 25 ਚੋਂ ਆਪਾਂ 7.5 ਸਾਲ ਕੀ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ 17.5 ਸਾਲ ਬਚ ਜਾਏਗਾ ਤਾਂ ਆਪਣਾ ਆਨਸਰ ਕਿੰਨਾ ਆ ਜਾਣਾ ਆਪਸ਼ਨ ਨੰਬਰ ਪਹਿਲਾ ਹੁਣ ਦੇਖੋ ਇਸੇ ਨੂੰ ਆਪਾਂ ਟ੍ਰਿਕ ਨਾਲ ਕਿਵੇਂ ਕਰਨਾ ਹੈ भैया ट्रिक ट्रिके करना है? ट्रिक थन मैं सिखाई सी ट्रिक थोनू सिखाई सी ना थोट ट्रिक सिखाई सी कि इतने आपको लिखना है न्यू वैल्यू क्या लिखना है न्यू वैल्यू यहाँ पर अपने को क्या लिखना ओल्ड <coughs> एवरेज या ओल्ड वैल्यू लिख लो जिदा भी थोनू जिदा भी थानू संतुष्टि मिलती है ओल्ड एवरेज ओल्ड वैल्यू माइनस देखो डिक्रीज होया माइनस इनक्रीज होया प्लस ट्रिक वेरी वेरी इंपोर्टेंट है टोटल मैंबर ਟੋਟਲ ਮੈਂਬਰ ਇਨਟੂ ਵਾਟ ਵਾਟ ਆਈ ਹੈਵ ਟੂ ਰਾਈਟ ਟੋਟਲ ਮੈਂਬਰ ਇਨਟੂ ਕੀ ਲਿਖਣਾ ਇੱਥੇ ਲਿਖਣਾ ਆਈ ਐਨ ਸੀ ਇਨਕਰੀਜ਼ ਤੇ ਮੈਂ ਇੱਥੇ ਸਲੈਸ਼ ਪਾ ਕੇ ਲਿਖਾਂਗਾ ਡੀ ای ਸੀ ਡਿਕਰੀਜ਼ ਹੁਣ ਸਿਮਿਲਰिटीज ਇਸ ਕੁਐਸਚਨ ਨੂੰ ਫਰੇਮ ਕਰਨਾ ਹੈ 올ਟ ਐਵਰੇਜ ਮੇਰੇ ਕੋਲ ਕਿੰਨੀ ਹੈ 25 ਹੈ ਬ੍ਰੈਕਟ ਦੇ ਵਿੱਚ ਟੋਟਲ ਮੈਂਬਰ ਕਿੰਨੇ 30 ਹੈ ਤਾਂ ਆਪਾਂ ਸਾਲ ਚ ਬਦਲਾਂਗੇ 3/12 ਹੈ ਕੈਨਸਲ ਕਰਾਂਗੇ 1/4 ਹੈ 30 ਨੂੰ 4 ਨਾਲ ਡਿਵਾਈਡ ਕੀਤਾ ਤਕਰੀਬਨ 7.5 ਹੈ ਤੁਹਾਡੇ ਕੋਲੇ 25 ਦੇ ਵਿੱਚੋਂ ਤੁਸੀਂ 7.5 ਮਾਈਨਸ ਕਰੋਗੇ ਤਾਂ ਮੈਕਸਿਮਮ 17.5 ਸਾਲ ਤੁਹਾਡੇ ਕੋਲੇ ਆਨਸਰ ਬਚ ਜਾਏਗਾ which is a new value so you got it answer quickly come on guys ਠੀਕ ਹੈ ਸ਼ਾਬਾਸ਼ ਬੱਚੇ ਬਹੁਤ ਆਸਾਨ ਕੁਸ਼ਚਨ ਹੈ ਬਹੁਤ ਆਸਾਨ ਕੁਸ਼ਚਨ ਹੈ ਹਲਵਾ ਕੁਸ਼ਚਨਸ ਨੇ ਇਦਾਂ ਦੇ ਮੈਕਸਿਮਮ ਕੁਸ਼ਚਨਸ ਨੂੰ ਇਸੇ ਹੀ ਤਰੀਕੇ ਦੇ ਮਿਲਣਗੇ ਸੀਰੀਜ਼ ਦੇ ਅੰਦਰ ਚਲਿਏ ਭਈ ਸਮਝ ਆ ਗਿਆ समझ आ गया ना क्वेश्चन किसी कोई दिक्कत नहीं है मैं थोड़ा थोड़ा हल्के हल्के होले होले मेरी कैलकुलेशन भी फास्ट करांगा मैं एवरेज सैलरी पर हेड ऑफ द वर्कर ऑफ एन इंस्टीट्यूशन इज सिकी रुपीज एवरेज सैलरी पर हेड ऑफ ट्वेल्व ऑफिसर्स इज फोर हंड्रड द एवरेज सैलरी पर हेड ऑफ द रेस्ट ऑफ फिफ्टी सिक्स दैन द टोटल नंबर ऑफ वर्कर्स इन द इंस्टीट्यूशन इज वेरी वेरी इंपॉर्टेंट है और ये भी क्वेश्चन ਬੜਾ ਹੀ ਸਿੰਪਲ ਬੜਾ ਹੀ ਸਧਾਰਨ ਜ ਹੈ ਦੇਖੋ ਐਵਰੇਜ ਸੈਲਰੀ ਪਰ ਹੈਡ ਆਫ ਵਰਕਰ ਐਂਡ ਇੰਸਟੀਚਿਊਟ ਕਿੰਨਾ ਹੈ 60 ਰੁਪਏ ਹੈ ਕਿੰਨਾ ਹੈ 60 ਰੁਪਏ ਹੈ ਸਾਨੂੰ ਨਹੀਂ ਪਤਾ ਕਿ ਟੋਟਲ ਵਰਕਰਸ ਕਿੰਨੇ ਨੇ ਸੋ ਵੀ ਕੈਨ ਸੇ ਦੈਟ ਕਿ ਆਪਾਂ ਇਸ ਕੁਐਸਚਨ ਨੂੰ ਇਦਾਂ ਲਿਖ ਸਕਦੇ ਹਾਂ ਸਪੋਜ਼ ਦ ਨੰਬਰ ਆਫ ਵਰਕਰਸ ਮੈਂ ਇੱਥੇ ਲਿਖਾਂਗਾ ਨੰਬਰ ਆਫ ਵਰਕਰਸ ਸਾਡੇ ਕੋਲੇ ਕਿੰਨੇ ਆ ਐਕਸ ਹੈ ਹੁਣ ਐਕਸ ਮੈਂਬਰ ਨੇ ਇੱਥੇ ਤਾਂ ਐਕਸ ਮੈਂਬਰ ਦੇ ਬਿਹਾਰਪ ਤੇ ਆਪਾਂ ਕਰਾਂਗੇ ਇਹ ਸਵਾਲ ਚ ਇਹ ਕਹਿ ਰਿਹਾ ਕਿ ਟੋਟਲ ਇਹਨਾਂ ਦੀ ਕਿੰਨੀ ਹੈ ਐਵਰੇਜ 60 ਹੈ ਮੈਂ ਤੁਹਾਨੂੰ ਸਵਾਲ ਕਰਾਇਆ ਸੀ ਨਾ ਵੀ ਵਿਰਾਟ ਕੋਹਲੀ ਦੇ ਇੰਨੇ ਰਨ ਨੇ ਉਹ ਇੰਨੇ ਰਨ ਨਵੇਂ ਬਣਾਉਂਦਾ ਤੇ ਇਦਾਂ ਚੇਂਜਸ ਹੋ ਜਾਂਦਾ ਸੇਮ ਟ੍ਰਿਕ ਸੇਮ ਫੰਡਾ ਠੋਕ ਦਿਓ ਇੱਥੇ ਐਵਰੇਜ ਸੈਲਰੀ ਪਰ ਹੈਡ ਕਿੰਨਾ ਹੈ 12 ਆਫੀਸਰ 400 ਹੈ ਭਈਆ ਟੈਲ 12 ਆਫੀਸਰ ਦੀ ਕਿੰਨੀ ਹੈ 400 ਹੈ ਤੇ ਮੈਂ ਇੱਥੇ ਇਹ ਲਿਖਾਂਗਾ ਦੇਰਫੋਰ ði ਟੋਟਲ ਟੋਟਲ ਵੈਲਿਊ ਆਫ ਵੈਲਿਊ ਆਫ ਆਫੀਸਰਸ ਆਫੀਸਰਸ ਮਨੀ ਯਾ ਲਾ ਦਿਓ 4 into, 400 into 12 ਤੇ ਕਿੰਨਾ ਹੋ ਜਾਣਾ ਤੁਹਾਡੇ ਕੋਲੇ 12 ਚੋਕਾ 48 ਇੰਨੀ ਗੱਲ ਸਾਰਿਆਂ ਨੂੰ ਸਮਝ ਆ ਗਈ ਹੈ ਠੀਕ ਹੈ ਜੀ ਬਿਲਕੁਲ ਕਲੀਅਰ ਹੈ ਕਲੀਅਰ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੈ ਹੁਣ ਮੈਂ ਇੱਥੇ ਤੁਹਾਨੂੰ ਦੱਸਾਂਗਾ ਸਵਾਲ ਦੇ ਵਿੱਚ ਇੱਕ ਕਨਸੈਪਟ ਬਚ ਗਿਆ ਸੀ ਇੱਥੇ ਆਪਾਂ ਲਿਖਾਂਗੇ ਤਾਂ ਆਪਣੇ ਕੋਲੇ ਵੈਲਿਊ ਭਈਆ ਅਗਰ ਮੇਰੇ ਕੋਲੇ x ਹੈ ਤਾਂ ਟੋਟਲ ਕਿੰਨਾ ਹੋ ਜਾਏਗਾ 60x ਹੋ ਜਾਏਗਾ ਠੀਕ ਹੈ ਜੀ ਬਿਲਕੁਲ ਕਲੀਅਰ ਹੈ ਕਹਿੰਦੇ ਇੱਥੋਂ ਤੱਕ ਵੀ ਸਮਝ ਆ ਗਿਆ ਡਨ ਡਨ ਥੋੜਾ ਆਨਸਰ ਵੀ ਕਮੈਂਟ ਕਮੈਂਟ ਕਰਕੇ ਜਰੂਰ ਦੱਸਣਾ ਹੈ ਐਵਰੇਜ ਸੈਲਰੀ ਪਰ ਹੈਡ ਆਫ ਦਾ ਰੈਸਟ 56 ਬਚੇ ਹੋਏ ਦੀ ਕਿੰਨੀ ਹੈ 56 ਹੈ ਸੋ ਦੈਟ ਅਕੋਰਡਿੰਗ ਟੂ ਕੁਐਸਚਨ ਮੈਂ ਲਾਵਾਂਗਾ ਕਿ ਟੋਟਲ 12 ਜਣੇ ਦੀ ਕਿੰਨੀ ਹੈ 4800 ਹੈ 12 ਜਣੇ ਦੀ ਕਿੰਨੀ 4800 ਹੈ ਪਲੱਸ ਬਚੇ ਹੋਏ ਕਿੰਨੇ ਮੈਂਬਰ ਨੇ 56 ਟੋਟਲ ਕਿੰਨੇ ਨੇ ਐਕਸ ਔਰ x ਦੇ ਵਿੱਚੋਂ ਆਪਾਂ ਕਿੰਨੇ ਲੈਸ ਕਰਦਾਂਗੇ x ਦੇ ਵਿੱਚੋਂ ਆਪਾਂ ਕਿੰਨੇ ਲੈਸ ਕਰਦਾਂਗੇ x ਮੇਰੇ ਕੋਲ ਟੋਟਲ ਮੈਂਬਰ ਨੇ 12 ਜਿਹੜਿਆਂ ਨੂੰ ਤਾਂ ਆਪਾਂ ਦੇ 12 ਤਾਂ ਆਫੀਸਰ ਦੇਖੋ ਸਵਾਲ ਸਮਝ ਲਓ ਮੇਰੇ ਕੋਲੇ ਸਪੋਜ 100 ਬੰਦਾ ਫੈਕਟਰੀ ਚ ਕੰਮ ਕਰਦਾ ਹੈ 100 ਹਰ ਬੰਦੇ ਨੂੰ ਆਪਾਂ 60-60 ਰੁਪਏ ਦਿੰਨੇ ਆ ਟੋਟਲ ਕਿੰਨਾ ਹੋ ਗਿਆ 6000 ਹੋ ਗਿਆ ਹੁਣ 100 ਬੰਦਿਆਂ ਚੋਂ ਟੋਟਲ 6000 ਬਣਦਾ ਹੈ ਪਰੰਤੂ 60ਾਂ ਦੇ ਹਿਸਾਬ ਨਾਲ ਅਗਰ ਮੈਂ 6000 ਰੁਪਏ ਬਣਾ ਰਿਹਾ ਹਾਂ 100% ਦੇ ਵਿੱਚੋਂ 100 ਬੰਦਿਆਂ ਦੇ ਵਿੱਚੋਂ 12 ਜਣੇ ਆਫੀਸਰ ਹੈ ਬਾਕੀ ਕਿੰਨੇ ਬੱਚੇ 88 ਬੱਚੇ ਤਾਂ ਮੈਂ x ਦੇ ਵਿੱਚੋਂ 12 ਆਫੀਸਰਸ ਮਾਈਨਸ ਕਰ ਦਾਂਗਾ ਉਹਨੇ ਕਿਹਾ ਸੀ ਕਿ ਰੈਸਟ ਦੀ ਬਾਕੀ ਦੀ ਐਵਰੇਜ ਕਿੰਨੀ ਹੈ 56 ਹੈ ਹਲਵਾ ਕੁਐਸਚਨ ਹੈ ਯਾਰ ਗੁਰੂ ਜੀ ਹਲਵਾ ਕੁਐਸਚਨ ਠੀਕ ਹੈ ਤਾਂ ਆਪਾਂ ਇਹ ਲਿਖ ਸਕਦੇ ਹਾਂ ਕਿ 4800 ਪਲੱਸ ਤਾਂ ਆਪਾਂ ਇਹਨੂੰ ਜਨਰਲੀ ਕਿੰਨਾ ਕਰਾਂਗੇ 56x ਮਾਈਨਸ ਕਿੰਨਾ ਹੈ ਮਲਟੀਪਲਾਈ ਕਰਾਂਗੇ 12 6 ਕਾ 72 672 ਹੋ ਜਾਣਾ ਹੈ ਹਨਾ 672 ਕਲੀਅਰ ਹੈ ਕਹਿੰਦੇ ਜੀ ਫੈਕਟਰ ਸਿਸਟਮ ਕਰ ਲਓ ਐਜ਼ ਯੂ ਵਿਸ਼ ਤੁਹਾਡੀ ਮਰਜ਼ੀ ਹੈ ਕਰ ਲਓ तु इतोगे फिफ्टी सिक्स एक्स है फिफ्टी सिक्स एक्स है दैन ती करना है फिफ्टी सिक्स एक्स इज इक्वल प्लस अड़तालीस सौ माइनस छे सौ बहत्तर करोगे ठीक है एंड पुट द आंसर इज इक्वल जीरो रख लो तीस आंसर खुद करना है आई विल नॉट गिव यू आंसर क्योंकि मैं चाहना किल पीपल वॉर्क हार्ड तीन सब लोग इतने अपना प्रयास करके आंसर दो ठीक है समझ पा रहे हो चलिए क्लीयर है ना चलिए क्विकली समझ आ पा रहे है? ਜੀ ਜੀ ਹਾਂ ਨੈਕਸਟ ਹਾਂਜੀ ਪ੍ਰਵੀਨ ਕਾ ਪ੍ਰਵੀਨ ਕਹਿ ਰਿਹਾ ਬਿਲਕੁਲ ਠੀਕ ਹੈ ਜੀ ਸਮਝ ਆ ਗਿਆ ਇੱਥੋਂ ਤੱਕ ਕਰ ਸਕਦੇ ਆ ਸਰ ਬਹੁਤ ਹਲਵਾ ਕੁਐਸਚਨ ਸੀ ਸਮਝ ਆ ਗਿਆ ਠੀਕ ਹੈ ਜੀ ਠੀਕ ਹੈ ਕਲੀਅਰ ਕੋਈ ਦਿੱਕਤ ਨਹੀਂ ਹੈ ਦੇਖੋ ਹਰ ਕੁਐਸਚਨ ਚ ਨਾ ਤੁਸੀਂ ਟ੍ਰਿਕ ਦਾ ਮਤਲਬ ਦੇਖੋ ਕਨਸੈਪਟ ਕਲੀਅਰ ਕਰ ਲਓ ਆਪਣੇ ਅਗਰ ਆਪਾਂ ਕਨਸੈਪਟ ਕਲੀਅਰ ਕਰ ਲਏ ਨਾ ਤਾਂ ਸਾਰੇ ਕੁਐਸਚਨ ਆਪਣੇ ਲਈ ਆਸਾਨ ਤੇ ਹਲਵਾ ਕੁਐਸਚਨਸ ਬਣ ਜਾਣਗੇ ਨੈਕਸਟ ਕੁਐਸਚਨ ਹੈ ਸੇਮ ਕੁਐਸਚਨ ਹੈ ਕੋਈ ਫਰਕ ਨਹੀਂ ਹੈ ਬਸ ਥੋੜਾ ਬਹੁਤਾ ਫਰਕ ਹੈ ਕ੍ਰਿਕਟਰਸ ਇੱਕ ਕ੍ਰਿਕਟਰਸ ਸਕੋਰਡ ਸੇਮ ਰੰਸ ਇਨ ਹਿਸ ਕੰਟੀਨਿਊ ਨਾਈਨ ਇਨਿੰ 9 ਇਨਿੰਗਸ ਦੇ ਵਿੱਚ ਮੰਨ ਲਓ ਉਸਨੇ ਐਕਸ ਰਨ ਬਣਾਏ ਆ 9 ਇਨਿੰਗਸ ਦੇ ਵਿੱਚ ਉਹਨੇ ਕਿੰਨੇ ਰਨ ਬਣਾਏ ਐ ਐਕਸ ਰਨ ਬਣਾਏ ਐ ਸ਼ਾਰਟਕਟ ਵੀ ਸਮਝਾ ਦਾਂਗਾ ਬੜਾ ਸੌਖਾ ਸ਼ਾਰਟਕਟ ਸਮਝਾਵਾਂਗਾ ਔਰ ਇਹ ਸਵਾਲ ਤੇ ਪਿਛਲੇ ਤੇ ਵੀ ਤੁਸੀਂ ਅਪਲਾਈ ਕਰਦੇ ਹੋ ਠੀਕ ਹੈ ਸਪੋច ਮੈਂ ਗੱਲ ਕਹਿਣਾ ਕਿ ਐਵਰੇਜ 9 ਇਨਿੰਗਸ ਦੀ ਕਿੰਨੀ ਹੈ ਧੇਰਫੋਰ ਮੈਂ ਅਗਰ ਇਸ ਸਵਾਲ ਨੂੰ ਲਿਖਾਂਗਾ ਕਿ ਐਵਰੇਜ ਆਫ 9 ਇਨਿੰਗਸ ਸ਼ਾਰਟ ਚ ਲਿਖਾਂਗਾ ਗੁਰੂ ਜੀ ਯਾਦ ਰੱਖਣਾ ਹੈ 9 ਇਸ ਇਕੁਅਲ ਕਿੰਨਾ ਐਕਸ ਰਨ ਕਲੀਅਰ ਐ ਇੱਥੋਂ ਤੱਕ ਸਮਝ ਆ ਗਿਆ ਠੀਕ ਹੈ ਜੀ ਡਨ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਕਿ ਟੋਟਲ ਭਈਆ 9 ਐ ਤਾਂ ਆਪਣੇ ਕੋਲ ਟੋਟਲ ਰਨਸ ਕਿੰਨੇ ਬਣਨਗੇ ਟੋਟਲ ਰਨ ਬਣਨਗੇ 9x ਇੱਥੋਂ ਤੱਕ ਕਲੀਅਰ ਐ ਬਿਲਕੁਲ ਕਲੀਅਰ ਐ ਕਹਿੰਦੇ ਸਮਝ ਆ ਗਿਆ ਠੀਕ ਹੈ ਜੀ ਡਨ ਹੈ ਸਵਾਲ ਆਉਂਦਾ ਹੈ ਕਿ ਹੀਸ ਸਕੋਰਡ 100 ਰਨ 10ਵੀਂ ਪਾਰੀ ਦੇ ਵਿੱਚ 100 ਰਨ ਬਣਾਉਂਦਾ ਆ ਕਿੰਵੀਂ ਪਾਰੀ ਚ ਬਣਾਉਂਦਾ 10 10ਵੀਂ ਪਾਰੀ ਚ ਬਣਾਉਂਦਾ ਤਾਂ ਟੋਟਲ ਕਿੰਨੇ ਰਨ ਹੋ ਜਾਣੇ ਟੋਟਲ ਇੱਥੇ 9x ਤਾਂ ਇਹ ਐ ਤੇ ਟੋਟਲ ਇੱਥੇ ਆਪਣੇ ਕੋਲ ਕਿੰਨੇ ਬਣ ਜਾਣਗੇ ਟੋਟਲ ਵੀ ਕੈਨ ਸੇ ਦੈਟ ਕਿ ਟੋਟਲ ਰਨ ਨ ਤਾਂ ਆਪਣੇ ਕੋਲੇ ਅਗਰ ਸਪੋਜ਼ ਇਸ ਪਲੇਅਰ ਦੀਆਂ ਨੌ ਪਾਰੀਆਂ ਚ ਐਵਰੇਜ 50 50 ਰਨ ਹੈ 450 ਹੁੰਦੇ 100 ਇਹ ਮਿਲ ਜਾਂਦੇ 550 ਹੋਣੇ ਸੀ ਸਿਮਿਲਰਿਟੀਆਂ ਟੋਟਲ ਕਿੰਨੀ ਇਨਿੰਗਸ ਹੋ ਗਈਆਂ ਟੋਟਲ 10 ਇਨਿੰਗਸ ਹੋ ਗਈਆਂ ਡਿਵਾਈਡ ਕਰ ਦਈਏ ਸਮਝ ਆ 파 ਰਹੇ ਮੈਂ ਇੱਥੇ 10 ਕਿਉਂ ਲਿਖਿਆ ਹੈ ਕਿ ਨੌ ਇਨਿੰਗਸ ਦਾ ਕਨਸੈਪਟ ਖਤਮ 10th ਵਿੱਚ 100 ਬਣਾਏ ਤਾਂ ਟੋਟਲ 9x 100 10 ਆ ਜਾਏਗਾ ਤਾਂ ਇਸ ਨੂੰ ਆਪਾਂ ਕੀ ਬਣਾ ਸਕਦੇ ਆ ਇਕੁਏਸ਼ਨ ਬਣਾ ਸਕਦੇ ਆ ਕੀ ਬਣਾ ਸਕਦੇ ਇੱਕ ਕੁਐਸਚਨ ਬਣਾ ਸਕਦੇ ਸਵਾਲ ਇਹ ਕਹਿੰਦਾ ਕਿ ਅਗਰ ਇਹ ਸਥਿਤੀ ਰਹਿੰਦੀ ਹੈ ਤਾਂ ਉਸ ਬੰਦੇ ਦੀ ਐਵਰੇਜ ਰਨ 8 ਰਨ ਪਰ ਹਿਸਾਬ ਨਾਲ ਵੱਧ ਜਾਂਦੀ ਹੈ ਕੀ ਹੋ ਜਾਂਦੀ ਹੈ ਵੱਧ ਜਾਂਦੀ ਹੈ ਤਾਂ ਮੈਂ ਇੱਥੇ ਇਹ ਵੀ ਲਿਖ ਸਕਦਾ ਕਿ ਨਿਊ ਐਵਰੇਜ ਇਨਕਰੀਸ ਇਜ਼ ਇਕੁਅਲ ਐਕਸ ਰਨ ਪਹਿਲਾਂ ਸੀ 8 ਹੋਣ ਵੱਧ ਕੇ ਟੋਟਲ ਕਿੰਨਾ ਹੋ ਗਿਆ ਐਕਸ ਪਲੱਸ 8 ਹੋ ਗਿਆ ਕਿੰਨਾ ਹੋ ਗਿਆ ਜੀ ਐਕਸ ਪਲੱਸ 8 ਹੋ ਗਿਆ ਸੋ ਥੈਟ ਤੇ ਆਪਾਂ ਇੱਥੇ ਜਨਰਲੀ ਕੀ ਕਰਨਾ ਹੈ ਸਵਾਲ ਨੂੰ ਇੰਜੀ ਤਾ ਕਰਨਾ ਸੀ भैया तक करना सी बन गया। अपने सवाल दी, की प्रोपर की कहती है सवाल दी, की प्रोपरटी की कहती है थोड़ा जा हाँ जी बिल्कुल डैशबोर्ड बोर्ड इशू आ रहा है टोटल एक है कि नाइन एक्स अपॉन अपने किन है अपॉन किएगा एक्स प्लस एट ब्रैकट ऑफ नाइन एक्स प्लस एक्स प्लस इज एकट

ਠੀਕ ਹੈ ਜੀ ਸ਼ਾਬਾਸ਼ ਸ਼ਾਬਾਸ਼ ਕੰਦੇ ਬਿਲਕੁਲ ਕਲੀਅਰ ਹੈ ਜੀ ਕਨਸੈਪਟ ਸਮਝ ਆ ਗਿਆ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈ ਬਿਲਕੁਲ 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 ਠੀਕ ਹੈ ਜੀ ਠੀਕ ਹੈ ਦੇਖੋ ਇਹ ਬੜੀ ਸਿੰਪਲ ਹੈ ਭਈਆ 9x ਹੈ 9x ਹੈ ਤਾਂ 10x ਜੋ ਮਾਈਨਸ ਕਰਾਂਗੇ ਤਾਂ ਆਪਾਂ ਲਿਖ ਸਕਦੇ ਹਾਂ ਵੀ 10x 9x ਇਸ ਇਕੁਅਲ ਆਪਣੇ ਕੋਲੇ ਕਿੰਨਾ ਹੋ ਜਾਣਾ 100 80 100 80 ਸੋ ਥੈਟ ਆਪਣੇ ਕੋਲੇ x ਇਕੁਅਲ ਕਿੰਨਾ ਆ ਜਾਣਾ 20 ਸੋ x ਆਪਾਂ ਕਿਸ ਨੂੰ ਮੰਨਿਆ ਸੀ x ਮੰਨਿਆ ਸੀ ਉਹਦੀ 9 ਇਨਿੰਗਸ ਦਾ ਰਨ ਗਤੀ ਰਨ ਔਸਤ 9 ਪਾਰੀਆਂ ਦਾ ਰਨ ਔਸਤ 20 ਸੀਗਾ ਮੈਂ ਇੱਥੇ ਹਜ਼ਾਰਾਂ ਸਵਾਲ ਚੇਂਜ ਕਰਕੇ ਪੁੱਛ ਸਕਦਾ ਦੋਸਤੋ 8 ਦਾ ਕਿੰਨਾ ਸੀਗਾ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਸਵਾਲ ਕੀ ਸੀਗਾ 10 ਦਾ ਕਿੰਨਾ ਹੋ ਜਾਏਗਾ 10 ਦਾ ਹੋ ਜਾਏਗਾ ਦੇਖੋ ਸਵਾਲ ਇੱਥੇ ਕੀ ਹੈ 10th ਦਾ ਟੋਟਲ ਦੇਖੋ ਟੋਟਲ ਰਨ ਅਗਰ 9 20 ਦੇ ਸਾਹਮਣਾ ਚੱਲਦੇ ਕਿੰਨੇ ਬਣ ਜਾਂਦੇ 180 10ਵੇਂ ਦੇ ਵਿੱਚ ਉਸਨੇ 100 ਰਨ ਬਣਾਏ ਤੇ 180 10 2 ਕਰ ਦਾਂਗੇ ਆਪਾਂ ਇਹ ਹੀ ਕਰਾਂਗੇ ਨਾ 180 100 280 10 28 ਹੋ ਗਿਆ ਹਰ ਮੈਚ ਵਿੱਚ ਉਹਦੇ 8 ਵਧ ਰਹੇ ਆ ਮੇਰਾ ਸਵਾਲ ਪੁੱਛ ਰਿਹਾ ਤੁਹਾਨੂੰ ਨੰਬਰ 1 ਦੱਸੋ ਜੀ 10ਵੇਂ ਮੈਚ ਦੇ ਵਿੱਚ ਉਹਦੇ ਟੋਟਲ 10ਵੇਂ ਮੈਚ ਕਿੰਨੀ ਐਵਰੇਜ ਬਣੇਗੀ 28 ਕਿਉਂਕਿ 9ਾਂ ਦੇ ਵਿੱਚ ਕਿੰਨੀ ਸੀਗੀ 20 ਸੀਗੀ 11ਵੇਂ ਵਿੱਚ ਕਿੰਨੀ ਹੋ ਜਾਏਗੀ 28 ਤੇ 6 28 ਤੇ 8 ਕਿੰਨਾ 36 ਹੈ 12ਵੇਂ ਵਿੱਚ ਕਿੰਨੀ ਹੋ ਜਾਏਗੀ ਤੁਸੀਂ ਕਹੋਗੇ ਜੀ 42 ਹੋਗੀ 42 ਹੋਗੀ 44 ਹੋਗੀ ਮਾਫ ਕਰਨਾ 8 ਪਲੱਸ ਹੋ ਜਾਏਗਾ 30 ਅਗਰ ਇਸੇ ਹਿਸਾਬ ਨਾਲ ਚੱਲਦਾ ਹੈ ਤਾਂ 13ਵੇਂ ਮੈਚ ਦੇ ਵਿੱਚ ਕਿੰਨੀ ਹੋ ਜਾਏਗੀ ਉਹਦੇ ਟੋਟਲ 13ਵੇਂ ਵਿੱਚ 52 ਹੋ ਜਾਏਗੀ ਸਵਾਲ ਤੁਹਾਨੂੰ ਕਿਤੇ ਵੀ ਫਸਾ ਸਕਦਾ ਕਿਤੇ ਵੀ ਪੁੱਛ ਸਕਦਾ ਸੋ 8ਵੇਂ ਵਿੱਚ ਕਿੰਨੀ ਸੀਗੀ ਤਾਂ 8th ਦੇ ਵਿੱਚ ਬੈਕ ਸਾਈਡ ਨੂੰ 8-8 ਘੱਟ ਹੋਏਗੀ ਕਿਉਂਕਿ ਕੁਐਸਚਨ ਇਸ ਸੇਇੰਗ ਕਿ ਉਹਦੇ 8 ਰਨ ਪਰ حساب ਨਾਲ ਵਧ ਰਹੀ ਹੈ ਤਾਂ ਉਹਦੀ 10th ਵੀ ਇਨਿੰਗਸ ਤੋਂ ਫਰਕ ਪਿਆ ਸੀਗਾ ਤਾਂ ਕੁਐਸਚਨ ਸਾਨੂੰ ਅੱਗੇ ਪਿੱਛੇ ਪੁੱਛਿਆ ਜਾ ਸਕਦਾ ਸੋ 댓 ਹੁਣ ਵੇਲਾ ਹੈ ਟਰਿਕ ਦਾ ਸ਼ਾਨਦਾਰ ਟਰਿਕ ਦਾ ਵੇਲਾ ਹੈ ਜਦੋਂ ਵੀ ਤੁਹਾਨੂੰ ਇਸ ਤਰੀਕੇ ਦੇ ਕੁਐਸਚਨਸ ਪੁੱਛੇ ਜਾ ਸਕਦੇ ਆ ਉੱਪਰ ਵਾਲੇ ਕੁਐਸਚਨ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਕਿ حساب ਨਾਲ ਕਰ ਸਕਦੇ ਹੋ ਜਰਾ ਨੋਟ ਡਾਊਨ ਕਰਨਾ ਹੈ ਐਵਰੇਜ ਆਫ ਐਵਰੇਜ ਐਂਡ ਆਫ ਦਾ 10 ਇਨਿੰਗਸ मैं इतने लिखागा एवरेज ऑफ टेंथ एंड इनिंग्स इज इक्वल टेंथ इनिंग्स इज इक्वल टोटल कि हो जाएगा समझ लेना ठीक है समझ लेना ओ, मैं थो समझा रहा मैं थोड़ा यही समझा रहा कि क्वेश्चन बहुत इंपॉर्टेंट है क्वेश्चन यह है न्यू रनस माइनस ब्रैकट न्यू रनस माइनस ब्रैकट ठीक है ਓਲਡ ਮੈਚ ਯਾ ਓਲਡ ਇਨਿੰਗਸ ਇਨਟੂ ਇਨਕਰੀਸ ਯਾ ਤੁਸੀਂ ਓਲਡ ਦੀ ਬਜਾਏ ਇੱਥੇ ਲਿਖ ਸਕਦੇ ਹੋ ਟੋਟਲ ਮੈਚ ਟੋਟਲ ਮੈਚ ਕਿੰਨੇ ਸੀਗੇ ਥਿਸ ਇਜ਼ ਟਾਕਿੰਗ ਅਬਾਊਟ ਦਾ ਨਾਇੰਥ ਇਨਿੰਗਸ ਠੀਕ ਹੈ ਔਰ ਡਿਕਰੀਸ ਸੋ दैट ਟੋਟਲ ਤੁਹਾਡੇ ਕੋਲੇ 109 ਰਨ ਬਣਾਇਆ ਹੈ 9 ਤੇ 8 ਕਿੰਨਾ 72 ਹੈ ਦੋਨਾਂ ਨੂੰ ਮਾਈਨਸ ਕਰ ਦਿਓ ਤੁਹਾਡਾ ਆਨਸਰ 28 ਆ ਗਿਆ ਜੀ ਗੁਰੂ ਜੀ ਇੱਕ ਮੈਥ ਤੁਹਾਨੂੰ ਦੱਸਿਆ 10ਥਵੇਂ ਦੀ ਕਿੰਵੇਂ ਦੀ ਕੰਡੀਸ਼ਨ ਦੱਸਿਆ 10ਥਵੇਂ ਦੀ ਦਿਸ ਇਜ਼ ਅ 10th ਵਾਂ ਸਮਝ ਆ ਗਿਆ ਕਦੇ ਵੀ ਤੁਹਾਡਾ ਕੁਐਸਚਨ ਗਲਤ ਨਹੀਂ ਹੋਏਗਾ ਮੇਰੀ ਗਾਰੰਟੀ ਹੈ ਇਸੇ ਤਰੀਕੇ ਨਾਲ ਆਪਾਂ ਪ੍ਰੈਕਟਿਸ ਕਰਨੀ ਹੈ ਕੰਟੀਨਿਊ ਕਿਸੇ ਵੀ ਸਵਾਲ ਤੇ ਪਰੇਸ਼ਾਨ ਜਾਂ ਪੈਨਿਕ ਨਹੀਂ ਹੋਣਾ ਹੁਣ ਆਪਾਂ ਗੱਲ ਕਰਦੇ ਹਾਂ ਪਾਰਟ ਨੰਬਰ ਐਸਏ 3 ਦੇ ਵਿੱਚ ਨਵੇਂ ਤਰੀਕੇ ਦੇ ਕੁਐਸਚਨਸ ਕਿਸ ਤਰੀਕੇ ਨਾਲ ਐਡ ਆਨ ਹੁੰਦੇ ਆ ਐਵਰੇਜ ਦਾ ਐਵਰੇਜ ਏਜ ਆਫ 3 ਬॉयਜ਼ ਭਈਆ ਤਿੰਨ ਬੱਚਿਆਂ ਦੀ ਐਵਰੇਜ 53 15 ਇਅਰ 15 ਹੈ ਇਫ ਦਾ ਰੇਸ਼ੀਓ ਆਫ देयर ਏਜਸ ਭਈਆ ਇਹਨਾਂ ਦੀ ਉਮਰ ਦਾ ਰੇਸ਼ੀਓ ਦੇਖੋ ਕਨਸੈਪਟ ਦੇਖੋ ਕਨਸੈਪਟ ਚ ਕਨਸੈਪਟ ਕਿਦਾਂ ਐਡ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਵਾਲ ਦੇ ਵਿੱਚ ਇਹ ਚੀਜ਼ ਸਮਝ ਲਾਂਗਾ ਬਿਲਕੁਲ ਕਲੀਅਰਟੀ ਘਟਨਾ ਸਮਝਾਂਗਾ ਕਿ ਟੋਟਲ ਟੋਟਲ ਏਜ ਆਫ ਦਾ 3 ਬॉयਜ਼ ਟੋਟਲ ਏਜ ਆਫ ਦਾ 3 ਬॉयਜ਼ ਕਿੰਨਾ ਹੋ ਜਾਏਗਾ ਤਿੰਨ ਬੱਚਿਆਂ ਦੀ ਏਜ ਅਕੋਰਡਿੰਗ ਟੂ 15 ਮਲਟੀਪਲਾਈ ਕਰਾਂਗੇ ਤਾਂ ਮੇਰੇ ਕੋਲ ਟੋਟਲ ਹੋ ਜਾਏਗਾ 45 ইয়ার্স ਹੁਣ ਗੱਲ ਆ ਰਹੀ ਹੈ ਕਿ ਇਹਨਾਂ ਦੀ ਉਮਰ ਦਾ ਰੇਸ਼ੀਓ ਇਹਨਾਂ ਦੀ ਉਮਰ ਦਾ ਰੇਸ਼ੀਓ रेशियो so, पास दिस इज थ्री दिस इज फाइव दिस इज सैवन रेशियो ब्रेक करा तो लिख सकते हैं समझ आ है? बिल्कुल क्लियर है शाबाश बचे वट वी कैन से आप कह सकते हैं कि सम ऑफ द एज टोटल अपने पास थ्री एक्स प्लस फाइव एक्स प्लस सैवन एक्स इज इक्वल अपने पास कितना होगा अपने पास होगा पंतली 12+3 ਕਿੰਨਾ ਹੈ 15x=45 ਹੈ x ਦੀ ਵੈਲਿਊ ਆਪਣੇ ਕੋਲ ਕਿੰਨੀ ਨਿਕਲੇਗੀ 3 ਹੈ ਕਨਸੈਪਟ ਸਮਝ ਆ ਗਿਆ ਠੀਕ ਹੈ ਜੀ ਕਹਿੰਦੇ ਬਿਲਕੁਲ ਕਲੀਅਰ ਹੈ ਠੀਕ ਹੈ ਓਕੇ 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 올 ਰਾਈਟ 올 ਰਾਈਟ ਠੀਕ ਹੈ ਹਮ ਬਿਲਕੁਲ ਬਿਲਕੁਲ ਠੀਕ ਹੈ ਸਵਾਲ ਜੀ ਪੁੱਛਿਆ ਸੀਗਾ what is the age of the oldest boy ਭਈਆ 올ਡੇਸਟ ਬੋਏ ਦੀ ਗੱਲ ਹੈ ਸਭ ਤੋਂ ਪੁਰਾਣਾ ਬੱਚੇ ਦੀ ਠੀਕ ਹੈ 7 ਤੇ x ਦੀ ਵੈਲਿਊ ਅਗਰ 3 ਹੈ ਤਾਂ 7 ਨਾਲ ਮਲਟੀਪਲਾਈ ਕਰ ਦੋ ਕਿੰਨਾ ਹੋ ਜਾਏਗਾ 7 3 ਕਿੰਨਾ ਹੋ ਜਾਏਗਾ 21 ਤਾਂ ਆਪਸ਼ਨ ਨੰਬਰ D ਬੈਲ ਬੀ ਕਰੈਕਟ ਆਨਸਰ ਹੈ ਠੀਕ ਹੈ ਬਿਲਕੁਲ ਕਲੀਅਰ ਹੈ ਹਾਂਜੀ ਸਮਝ ਆ ਪਾਰਿਆ ਨਾ ਸਭ ਨੂੰ ਠੀਕ ਹੈ ਸ਼ਾਬਾਸ਼ ਨੈਕਸਟ ਕੁਐਸਚਨ ਦਾ ਨਾਈਨ ਫਰੈਂਡਸ ਹੈਵ ਡਿਨਰ ਇਨ ਅ ਹੋਟਲ ਦਾ 8th ਆਫ 뎀 ਸਪੈਂਡ 12 ਰੁਪੀ ਈਚ ਔਨ ðੇਅਰ ਮੀਲ ਐਂਡ ਦਾ 9th ਸਪੈਂਡ 16 ਮੋਰ ਦੈਨ ਦਾ ਐਵਰੇਜ ਐਕਸਪੈਂਡੀਚਰ ਆਫ 올 ਦਾ ਨਾਈਨ find out the total money spent by them ਮੈਂ ਕੁਐਸ਼ਨਸ ਆਸਾਨ ਤੋਂ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਹੌਲੇ 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 ਤੁਹਾਨੂੰ ਟਫ ਵੱਲ ਲੈ ਕੇ ਆਵਾਂਗਾ ਬਾਹਾਂ ਜੀ ਬਿਲਕੁਲ ਸਵਾਲ ਇੱਕ ਬੱਚੇ ਨੇ ਕਮੈਂਟ ਭੇਜਿਆ ਕਹਿੰਦਾ ਜੀ ਚਿਪ ਕੱਢੀ ਜਾਂਦੇ ਹੋ ਹੁਣ ਤਾਂ ਚਿਪ ਕੱਢਾਂਗੇ ਰਾਜੇ ਬਹੁਤ ਹਲਕੇ ਕੁਐਸ਼ਨ ਨੇ ਯਾਰ ਇਹ ਤਾਂ ਐਵਰੇਜ ਦੇ ਕੋ ਟਫ ਕੁਐਸ਼ਨ ਨਹੀਂ ਹੈ 9 friends have dinner in a hotel 9 ਦੋਸਤ ਹੈ 9 ਦੋਸਤਾਂ ਦੀ ਇੱਥੇ ਗੱਲ ਕਰਦੇ ਆਪਾਂ मैं इतना सवाल लिखाज एक्सपेंडिट लिख नाइन फ्रेंड्स इज इक्वल एक्स रुपी आएगा एक्स रुपए हूँ अकॉर्डिंग टू द क्वेश्चन भैया क्वेश्चन के मुताबिक ही आएगा ਉਹਨਾਂ ਸਵਾਲ ਕਹਿੰਦਾ ਹੈ ਕਿ 9 ਦੋਸਤ ਹੈ ਉਹਨਾਂ ਦਾ ਡਿਨਰ ਇਨ ਹੋਟਲ ਦੇ ਵਿੱਚ ਕਿੰਨਾ ਹੈ ਐਕਸ ਹੈ 8 ਬੱਚਿਆਂ ਦਾ ਬਈਆ ਕਿੰਨਾ ਹੈ 12 ਹੈ ਤਾਂ ਟੋਟਲ ਮੈਂ ਇੱਥੇ ਲਿਖਾਂਗਾ ਟੋਟਲ ਮੈਂ ਡਾਇਰੈਕਟ ਲਿਖਦਾ 12 ਦਾ 8 ਕਿੰਨਾ ਹੋ ਜਾਏਗਾ 12 8 96 ਹੈ ਠੀਕ ਹੈ ਹੁਣ ਸਵਾਲ ਇੱਥੇ ਆਇਆ ਸੀਗਾ ਕਿ ਇਹ ਕਹਿੰਦਾ ਔਨ देयर ਮੀਲਸ ਐਂਡ 9ਥ ਸਪੈਂਡ 16 ਮੋਰ ਦੈਨ ਦਾ ਐਵਰੇਜ 16 ਜ਼ਿਆਦਾ 9ਥ गल परसन हो रही है नौमे की नौमे की गल हो रही है टोटल एवरेज मेरे को एक्स है एक्स है. नालों सोलह ज़्यादा इट मीनस है कि मैं सवाल लिख इतना देयर फोर एक्स प्लस ऑफ वट ऑफ द नाइनथ परसन इज इक्वल टू सो देयर फोर नाइनटी सिक्स प्लस नौवा परसन ठीक है नाइनटी सिक्स प्लस कि हो जाएगा नौमा नौमांसन इज इक्वल सम ऑफ द क्वानिटीज एवरेज मेरे को देखो ਨੰਬਰ ਆਫ ਕੁਆਂਟੀਟੀ ਕਿੰਨਾ ਹੈ 9 ਹੈ ਟੋਟਲ ਐਵਰੇਜ ਮੇਰੇ ਕੋਲੇ ਕਿੰਨੇ ਐਕਸ ਹੈ ਤਾਂ ਆਪਾਂ ਕ੍ਰੋਸ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਬਣੇਗਾ 96 ਪਲੱਸ ਆਪਣੇ ਕੋਲੇ ਐਕਸ ਹੈ ਐਂਡ ਪਲੱਸ 16 ਹੈ ਇਕੁਅਲ ਮੇਰੇ ਕੋਲੇ ਕਿੰਨਾ ਬਣੇਗਾ 9ਐਕਸ ਬਣੇਗਾ ਬਿਲਕੁਲ ਕਲੀਅਰ ਹੈ ਕਹਿੰਦੇ ਸਮਝ ਆ ਗਿਆ ਜੀ ਇੱਥੋਂ ਤੱਕ ਹੈ ਮੇਰੇ ਪਿਆਰੇ ਦੋਸਤੋ ਅਗਰ ਮੈਂ ਸਵਾਲ ਦੇ ਵਿੱਚ 96 12 ਨੂੰ ਜੋੜਾਂਗਾ 112 ਹੈ ਸਮਝ ਆ ਗਿਆ ਨਾ ਜੀ ਕਹਿੰਦੇ 112 ਹੈ ਤਾਂ ਮੇਰੇ ਕੋਲੇ ਇਹ 9ਐਕਸ ਔਰ ਇਸ ਐਕਸ ਨੂੰ ਚੁੱਕ ਕੇ ਬਾਹਰ ਲੈ ਜਾਾਂਗੇ ਤਾਂ ਮਾਈਨਸ ਦਾ ਹੋ ਜਾਏਗਾ 112 8x ਹੈ ਤਾਂ ਆਹ ਲੋ ਜੀ ਆਪਾਂ ਲਿਖ ਦਾਂਗੇ 16 8 112 ਹੈ ਨਾ ਮੇਬੀ ਲਗਭਗ ਹਾਂ ਹਾਂ ਬਿਲਕੁਲ 14 ਆ ਠੀਕ 112 ਬਲਕਿ ਹਾਂ 14 ਅਨਸਰ ਆ ਜਾਏਗਾ x ਦੀ ਵੈਲਿਊ ਕਿੰਨੀ ਆ ਜਾਏਗੀ 14 ਹੈ ਦਿਸ ਇਜ਼ ਦਾ ਵੈਲਿਊ ਆਫ x ਹੈ ਯਾਰ ਹੁਣ ਇਹਨੇ ਸਵਾਲ ਕੀ ਪੁੱਛਿਆ ਸੀ ਆਪਾਂ ਨੂੰ ਕੁਐਸਚਨ ਇਹ ਪੁੱਛਿਆ ਸੀਗਾ ਕਿ ਫਾਈਂਡ ਦਾ ਟੋਟਲ ਮਨੀ ਸਪੈਂਡ ਬਾਈ ਦਮ ਟੋਟਲ ਟੋਟਲ ਬੰਦੇ ਕਿੰਨੇ ਸੀ 9 9 ਬੰਦਿਆਂ ਦੁਆਰਾ ਕਿੰਨੀ ਸਪੈਂਡ ਕੀਤੀ ਗਈ ਮਨੀ ਇਹ ਪੁੱਛਿਆ ਸਵਾਲ ਦੇ ਵਿੱਚ ਹੈ ਤਾਂ ਸਵਾਲ ਦੇ ਵਿੱਚ ਇਹ ਟੋਟਲ ਆਪਣੇ ਕੋਲੇ ਕਿੰਨਾ ਹੋ ਜਾਏਗਾ 9 2, 14 ਕਿੰਨਾ ਆ ਜਾਏਗਾ ਟੋਟਲ ਤੁਹਾਡੇ ਕੋਲੇ 14 1 126 ਰੁਪਏ ਹੈ ਨਾ ਤਾਂ 126 ਬਿਲਕੁਲ ਕਲੀਅਰ ਅਨਸਰ ਆਪਸ਼ਨ ਨੰਬਰ ਪਹਿਲਾ ਆ ਜਾਏਗਾ ਤਾਂ ਇਸ ਤਰੀਕੇ ਦੇ ਕੁਐਸਚਨਸ ਨੇ ਜਿੱਥੇ ਤੁਹਾਨੂੰ ਬਿਲਕੁਲ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ ਹਲਕੇ ਹਲਕੇ ਕੁਐਸਚਨਸ ਹੈ इजीली ਤੁਸੀਂ ਕਰ ਸਕਦੇ ਹੋ ਨੈਕਸਟ ਕੁਐਸਚਨ ਹੈ ਚਲੋ ਜੀ ਭਈਆ ਐਵਰੇਜ ਆਫ ਸਰਟਨ ਫਰਸਟ ਕਨਜੈਕਟਿਵ ਈਵਨ ਨੰਬਰ ਕਿੰਨਾ 101 ਹੈ ਫਾਈਂਡ ਦਾ ਸਮ ਹੁਣ ਈਵਨ ਨੰਬਰ ਦਾ ਕਨਸੈਪਟ ਪੁੱਛ ਲਿਆ इवन नंबर का कॉन्सैप्ट ने ज्यादा कुछ मुश्किल नहीं है एवरेज ऑफ द फर्स्ट कंजेक्टिव इवन नंबर इज हंड्रेड सपोज फर्स्ट इवन नंबर इज एक्स द एवरेज कंजेक्टिव नंबर ऑफ एक्स प्लस वन तो एक्स प्लस वन इज इक्वल कि हंड्रेड वन एक सौ एक है तो एक्स की वैल्यू कि आ गई सौ है तो सम कि हो जाएगा सौ इंटू सौ इज इक्वल कि हो मेरे को ਬਾਈ ਦਾ ਵੇ ਹਾਂ 100 way, 101 100, into 100 into 101 ਤਾਂ ਮੇਰੇ ਕੋਲੇ ਹੋ ਜਾਣਾ 101 into 100 ਮਤਲਬ ਕੁਝ ਕੁਐਸਚਨਸ ਹਲਵਾ ਨੇ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਯਾਰ ਕੁਝ ਵੀ ਕਰਨ ਦੀ ਲੋੜ ਨਹੀਂ ਪਹਿਲਾ ਮੇਰੇ ਕੋਲੇ x ਹੈ ਠੀਕ ਹੈ ਹਾਂਜੀ ਬਿਲਕੁਲ ਬਿਲਕੁਲ ਐਵਰੇਜ ਕਿੰਨੀ ਬਣ ਜਾਈ ਮੇਰੇ ਕੋਲੇ x 1 ਹੈ ਕਿਉਂਕਿ ਮੈਂ ਇਹ ਹੀ ਕਰਾਂਗਾ ਨਾ ਵੀ 1 ਜੋੜਾਂਗਾ ਤਾਂ ਦੀ ਤਾਂ ਮੇਰੇ ਕੋਲ ਈਵਨ ਨੰਬਰ ਆਏਗਾ ਅਗਰ ਮੈਂ x ਰੱਖਾਂਗੇ ਤਾਂ x ਤੋਂ ਕੀ ਹੋ ਸਕਦਾ ਹੈ odd ਵੀ ਹੋ ਸਕਦਾ ਹੈ ਠੀਕ ਹੈ ਭਈਆ ਇਹ ਜੀ ਟੋਟਲ ਆਪਣੇ ਕੋਲੇ ਕਿੰਨੇ ਹੈ 101 ਹੈ ਹੁਣ ਕਨਸੈਪਟ ਦੇ ਵਿੱਚ ਮੁਤਾਬਿਕ ਕਰਾਂਗੇ ਤਾਂ ਆਪਾਂ 101 ਨੂੰ ਮਾਈਨਸ 1 ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਹੋ ਗਿਆ 100 ਵੈਲਿਊ ਆਫ ਐਕਸ ਹੁਣ ਐਵਰੇਜ ਕਰਾਂਗੇ ਅਗਰ ਇਹ 100 ਹੈ ਟੋਟਲ ਮੇਰੇ ਕੋਲੇ ਕਿੰਨੇ ਪਰਸੈਂਟ 101 ਹੈ ਤਾਂ ਤੁਸੀਂ ਮਲਟੀਪਲਾਈ ਕਰ ਦਿਓ ਕਿੰਨਾ ਆ ਜਾਣਾ ਤੁਹਾਡੇ ਕੋਲੇ ਲਗਭਗ 10100 ਹੋ ਜਾਣਾ ਤਾਂ ਅਨਸਰ ਨੰਬਰ A অপਸ਼ਨ ਨੰਬਰ ਆ ਜਾਣਾ ਠੀਕ ਹੈ ਚਲੋ ਜੀ ਹੁਣ ਅੱਜ ਥੋੜਾ ਜਿਹਾ ਮੋਡਰੇਟ ਲੈਵਲ ਦੇ ਕੁਐਸਚਨਸ ਕਰਾਂਗੇ ਆਪਾਂ ਥੋੜਾ ਜਿਹਾ ਕੁਐਸਚਨਸ ਕਿਸ ਬਿਹਾਬ ਦੇ ਕਰਾਂਗੇ ਮੋਡਰੇਟ ਲੈਵਲ ਦੇ ਕਰਾਂਗੇ ਠੀਕ ਹੈ बिल्कुल ठीक है ठीक है राइट फाइव ईयरस एगो द एवरेज एज ऑफ पी एंड क्यू फिफ्टीन ईयरस है द एवरेज एज ऑफ पी क्यू आर ट्वेंटी ईयर है वट वुड बी द एज ऑफ आर आफ्टर टेन ईयर टोटल प्रेजेंट एज ऑफ पी एंड क्यू वट दिस इज पी एंड क्यू गल दिफ्टीन इंटू टू परसन टोटल मेरे पास किना हो गया देखो प्रेजेंट फाइव ईयरस एगो की गल है पाँच साल पहल ਤਾਂ ਪ੍ਰੈਜੈਂਟ ਏਜ ਦੀ ਗੱਲ ਕਰਦੇ ਆਪਾਂ 5 ਸਾਲ ਪਹਿਲਾਂ ਸਵਾਲ ਸਮਝ ਲਓ ਜਰਾ ਮੈਥਡ ਸਮਝ ਲਓ ਜਰਾ ਅਦਰਵਾਈਜ਼ ਕੁਐਸਚਨ ਨਹੀਂ ਸਮਝ ਆਏਗਾ ਮੈਂ ਗੱਲ ਕਰਾਂਗਾ 2020 ਅੱਜ ਹੈ 5 ਸਾਲ ਪਹਿਲਾਂ 2015 2015 ਦੇ ਵਿੱਚ ਪੀ ਦੀ ਉਮਰ ਸੀ 15 ਸਾਲ ਅੱਜ ਕਿੰਨੀ ਹੋਗੀ 15 ਤੇ 5 ਕਿੰਨਾ ਹੈ 20 ਹੈ ਇਨੀ ਗੱਲ ਸਮਝ ਗਏ ਪੀ ਦੇ ਨਾਲ ਕਿਊ ਹੈ ਉਸ ਦੀ ਵੀ 2000 2020 ਦੇ ਵਿੱਚ 15 ਸਾਲ ਹੈ 5 ਸਾਲ ਪਹਿਲਾਂ ਤਾਂ 5 ਸਾਲ ਪਹਿਲਾਂ ਦੇ ਵੀ ਆਪਣੇ ਸ਼ਾਮਿਲ ਹੋ ਜਾਣਗੇ ਸੋ ਦੈਟ ਆਪਾਂ 5 ਸਾਲ ਪਹਿਲਾਂ ਦੇ ਵੀ ਅਗਰ ਆਪਾਂ ਸ਼ਾਮਿਲ ਕਰਦੇ ਹਾਂ ਤਾਂ ਟੋਟਲ ਆਪਣੇ ਕੋਲੇ 15 ਦੋਨਾਂ 30 ਤੇ 10 ਕਿੰਨਾ ਹੈ 40 ਤਾਂ ਟੋਟਲ ਆਪਣੇ ਕੋਲੇ ਕਨਸੈਪਟ ਦੇ ਮੁਤਾਬਿਕ ਆਪਾਂ 40 ਸਾਲ ਦੋਨਾਂ ਦੀ ਉਮਰ ਲਿਖ ਸਕਦੇ ਹਾਂ ਵਾਪਸ ਤੋਂ ਕਲੀਅਰ ਕਰਨਾ ਚਾਹਾਂਗਾ ਅਗਰ ਮੇਰੀ ਪ੍ਰੈਜ਼ੈਂਟ ਏਜ ਨਹੀਂ ਪਤਾ ਹੈ 2015 ਤੱਕ ਕੁਐਸਚਨ ਦੇ ਮੁਤਾਬਿਕ ਮੇਰੀ ਉਮਰ 15 ਸਾਲ ਹੈ 2020 ਦੇ ਵਿੱਚ ਮੈਂ ਕਿੰਨੇ ਦਾ ਹੋ ਗਿਆ 20 ਸਾਲਾਂ ਦਾ 20 ਸਾਲਾਂ ਦਾ ਹੀ ਕਿਉ ਹੈ ਟੋਟਲ ਹੋ ਗਈ 40 ਤਾਂ ਮੈਂ ਇਸ ਨੂੰ ਇਸ ਤਰੀਕੇ ਨਾਲ ਲਿਖ ਦਿੰਦਾ ਹੈ 10 ਇਜ਼ ਇਕੁਅਲ ਟੋਟਲ ਕਿੰਨਾ ਹੈ 40 ਸਾਲ ਇੰਨੀ ਚੀਜ਼ ਸਮਝ ਆ ਗਈ ਹੈ ਸਵਾਲ ਕਿ ਏਜ ਏਜ ਕਹਿ ਰਹੀ ਹੈ ਨੈਕਸਟ ਐਵਰੇਜ ਏਜ ਆਫ ਪੀ ਐਂਡ ਕਿਉ ਐਂਡ ਆਰ ਕਿੰਨੀ ਹੈ 20 ਹੈ ਹੁਣ ਸਵਾਲ ਆ ਜਾਂਦਾ ਦੂਸਰਾ ਪੀ ਪਲੱਸ ਕਿਉ ਪਲੱਸ ਆਰ ਇਜ਼ ਇਕੁਅਲ ਪੀ ਪਲੱਸ ਕਿਉ ਇਜ਼ ਆਰ ਇਜ਼ ਇਕੁਅਲ 20 ਪਲੱਸ 3 ਇਜ਼ ਇਕੁਅਲ ਕਿੰਨਾ ਹੈ 60 ਇਅਰਸ 60 ਸਾਲ ਹੋ ਗਿਆ 60 ਸਾਲ ਹੋ ਗਿਆ ਕਿ ਨਹੀਂ ਹੋ ਗਿਆ ਬਿਲਕੁਲ ਕਲੀਅਰ ਹੈ ਦਾ ਪ੍ਰੈਜੈਂਟ ਏਜ ਆਫ ਆਰ ਦੀ ਗੱਲ ਹੈ ਇਹ ਕਹਿੰਦਾ ਕਿ ਵਾਟ ਊਡ ਬੀ ਦਾ ਏਜ ਆਫ ਆਰ ਆਫਟਰ 10 ਸਾਲ ਮਤਲਬ ਆਉਣ ਵਾਲੇ 10 ਸਾਲਾਂ ਬਾਅਦ ਦੀ ਗੱਲ ਹੈ ਸਿੰਪਲ ਜੀ ਗੱਲ ਹੈ ਯਾਰ ਭਈਆ ਪੀ ਪਲੱਸ ਕਿਊ ਦੀ ਸਾਨੂੰ ਟੋਟਲ ਇੱਥੇ ਪਲੱਸ ਮੈਂ ਦੋਨਾਂ ਦੀ ਲਿਖ ਲੈਣੇ ਯਾਰ ਕੋਈ ਦਿੱਕਤ ਨਹੀਂ ਹੈ 40 ਸਾਲ ਆ ਲੋ ਜੀ ਬਿਲਕੁਲ ਕਲੀਅਰ ਹੈ ਕਲੀਅਰ ਹੈ ਠੀਕ ਹੈ ਜੀ ਠੀਕ ਹੈ ਡਨ ਹੈ ਡਨ ਹੈ ਡਨ ਹੈ ਕੰਦੀ ਸਮਝ ਆ ਰਿਹਾ ਹੈ ਹੂੰ 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 ਠੀਕ ਹੈ ਇਹ ਦੋਨਾਂ ਦੀ ਦੇਖੋ ਕਾਮਨ ਹੈ ਇੱਥੇ ਬਚੇਗੀ ਸਾਡੇ ਕੋਲੇ ਆਰ ਦੀ ਤਾਂ ਆਰ ਦੀ ਪ੍ਰੈਜ਼ੈਂਟ ਕਿੰਨੀ ਹੈ 20 ਸਾਲ ਹੋ ਗਈ ਪ੍ਰੈਜ਼ੈਂਟ ਏਜ ਹੈ ਥਿਸ ਇਜ਼ ਟਾਕਿੰਗ ਅਬਾਊਟ ਅ ਪ੍ਰੈਜ਼ੈਂਟ ਏਜ ਠੀਕ ਹੈ ਬਿਲਕੁਲ ਕਲੀਅਰ ਹੈ ਪ੍ਰੈਜ਼ੈਂਟ ਏਜ ਹੈ ਤਾਂ ਇਹ ਹੋ ਗਈ ਪ੍ਰੈਜ਼ੈਂਟ ਏਜ 10 ਸਾਲਾਂ ਬਾਅਦ ਕਿੰਨੀ ਹੋਏਗੀ ਤਾਂ ਪਲੱਸ ਆਪਣੇ ਕੋਲੇ 10 ਐਡ ਕਰ ਦੋ ਟੋਟਲ ਕਿੰਨਾ ਹੋ ਗਿਆ 30 ਟੋਟਲ ਕਿੰਨਾ ਹੋ ਗਿਆ 30 ਹੋ ਗਿਆ ਠੀਕ ਹੈ ਜੀ 30 ਹੋ ਗਿਆ ਟੋਟਲ ਹਾਂ ਜੀ 30 ਹੋ ਗਿਆ ਤਾਂ ਆਪਾਂ ਕਹਿ ਸਕਦੇ ਆਪਸ਼ਨ ਨੰਬਰ ਸੀ ਹੈ ਹਾਂ ਮਨਜੀਤ ਨੂੰ ਸਮਝ ਨਹੀਂ ਆਇਆ ਕਹਿੰਦਾ ਜੀ ਸਮਝ ਨਹੀਂ ਆਇਆ ਠੀਕ ਹੈ ਮਨਜੀਤ ਮੈਂ ਦੁਬਾਰੇ ਸਮਝਾ ਦਿੰਦਾ ਹੈ ਦੇਖੋ ਜੀ ਮਨਜੀਤ ਸਵਾਲ ਇਹ ਪੁੱਛਿਆ ਸੀਗਾ ਟੋਟਲ ਇੱਥੇ ਆਪਣੇ ਕੋਲੇ ਕੁੱਲ ਮਿਲਾ ਕੇ ਸਿਲਸਿਲੇਵਾਰ ਬੰਦੇ ਤਾਂ ਤਿੰਨ ਹੀ ਐ ਬੰਦੇ ਕਿੰਨੇ ਤਿੰਨ ਪਰਸਨ ਐ ਪੀ ਕਿਊ ਐਂਡ ਆਰ ਐ ਸਵਾਲ ਨੇ ਦਿੱਤਾ ਭਈਆ ਪਹਿਲਾ ਪੀ ਅਤੇ ਕਿਊ ਦੀ 5 ਸਾਲ ਪਹਿਲਾਂ 2015 ਦੇ ਵਿੱਚ 15-15 ਸਾਲ ਸੀ 15-15 30 ਹੋ ਗਿਆ ਤੇ 2015 ਤੋਂ 20 ਤੱਕ 5-5 ਸਾਲ ਦੋਨਾਂ ਦੇ ਕੋਲ ਟੋਟਲ ਕਿੰਨੀ ਹੋ ਗਈ 40 ਸਾਲ ਹੋ ਗਈ ਇੱਦੀ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਆ ਫਿਰ ਸਵਾਲ ਪੁੱਛ ਲਿਆ ਉਹਨਾਂ ਨੇ ਕਿ ਪੀ ਕਿਊ ਆਰ ਦੀ ਜੋ ਕਰੰਟ ਮਤਲਬ ਐਵਰੇਜ ਏਜ ਹੈ ਉਹ ਕਿੰਨੀ ਹੈ ਭਈਆ ਟੋਟਲ ਇੱਥੇ ਆਪਣੇ ਕੋਲ 20 ਹੈ ਤਾਂ 20 ਇੰਟੂ 3 ਬੰਦਿਆਂ ਦੀ ਕਰਾਂਗੇ ਤਾਂ ਟੋਟਲ ਕਿੰਨੀ ਹੋ ਜਾਣੀ 60 ਸਾਲ ਹੈ ਹੁਣ ਜਨਰਲੀ ਗੱਲ ਹੈ ਕਿ ਤੁਹਾਡੇ ਕੋਲ ਆਰ ਦੀ ਐਵਰੇਜ ਕਿੰਨੀ ਬਚੀ ਹੈ ਭਈਆ ਆਰ ਦੀ ਉਮਰ ਬਚੀ ਹੈ ਤੁਹਾਡੇ ਕੋਲ 20 ਸਾਲ ਸਵਾਲ ਉਹਨੇ ਪੁੱਛਿਆ ਕਿ ਆਫਟਰ 10 ਸਾਲ ਕਿੰਨੀ ਹੋਏਗੀ ਤਾਂ 10 ਸਾਲਾਂ ਬਾਅਦ ਤੁਸੀਂ ਕੀ ਕਹਿ ਸਕਦੇ ਹੋ ਨਾ ਆਰ ਨਾਲ ਕਹਿ ਸਕਦੇ ਹੋ 30 ਸਾਲ ਹੋਏਗੀ ਦਿਸ ਇਜ਼ ਦਾ ਮਾਈ ਕੁਐਸਚਨ ਇਹੀ ਆਪਣਾ ਕੁਐਸਚਨ ਸੀਗਾ ਹੋਰ ਕੁਝ ਵੀ ਪਰੇਸ਼ਾਨ नेक्स्ट क्वेश्चन है एवरेज सैलरी ऑफ द इंटायर स्टाफ इन ऑफिस पर दिन एवरेज सैलरी ऑफ द ऑफिसर हंड्रड फिफ्टी एंड नॉन ऑफिसर टू हंड्रड फिफ्टी इफ द नंबर ऑफ द ऑफिसर इज फिफ्टीन द फाइंड द नंबर ऑफ द नॉन ऑफिसर इन द ऑफिस बिल्कुल ठीक है क्लियर है बिल्कुल क्लियर क्लियर है कॉन्सेप्ट बिल्कुल क्लियर है ठीक है ਦੇਖੋ ਜੀ ਸਵਾਲ ਨੂੰ ਸ਼ਾਰਟਕਟ ਕਰਾਂਗੇ ਸਵਾਲ ਨੂੰ ਕਿਦਾਂ ਆਪਾਂ ਹਲਕੇ ਤਰੀਕੇ ਨਾਲ ਕਰ ਸਕਦੇ ਆ ਟੋਟਲ ਨੰਬਰ ਆਫ ਦਾ ਨੰਬਰ ਆਫ ਆਫੀਸਰ ਇਨ ਏ ਆਫਿਸ ਮੇਰੇ ਪਾਸ ਕਿੰਨਾ ਹੈ ਐਕਸ ਲੋਕ ਹੋਗੇ ਅਗਰ ਮੈਂ ਇੱਥੇ ਐਕਸ ਦੇ ਮੁਤਾਬਿਕ ਕਰਾਂ ਤਾਂ ਉਹ ਕਹਿੰਦਾ ਕਿ ਐਵਰੇਜ ਸੈਲਰੀ ਆਫ ਇੰਟਾਇਰ ਸਟਾਫ ਇਨ ਏ ਆਫਿਸ ਕਿੰਨੀ ਹੈ 500 ਰੁਪਏ ਟੋਟਲ ਦੀ 500 ਹੈ ਤਾਂ ਇਹ ਗੱਲ کہہ ਸਕਦਾ ਕਿ ਟੋਟਲ ਮੈਂਬਰਾਂ ਦੀ ਬਈ ਮੇਰੇ ਪਾਸ ਕਿੰਨੀ ਹੋਏਗੀ ਟੋਟਲ ਹੋਏਗੀ 500 ਐਕਸ ਮੀਨਸ 500 ਹੋ ਗਿਆ ਹੁਣ ਸਾਡੇ ਕੋਲ ਸਿਮਿਲਰिटीज ਐਵਰੇਜ ਸੈਲਰੀ ਆਫ ਦਾ ਆਫੀਸਰਸ ਇਨੇ ਕਿੰਨੀ ਹੈ 750 ਹੈ ਤੋਂ ਸ਼ਾਰਟਕਟ ਅਗਰ ਆਪਾਂ ਲਿਖਾਂਗੇ ਤਾਂ ਮੇਰੇਕ ਲਿਖਾਂਗੇ 750 ਇੰਟੂ ਕਿੰਨੀ ਹੋ ਜਾਏਗੀ ਟੋਟਲ ਨਾਨ ਆਫੀਸਰ ਐਂਡ ਦਾ ਨੰਬਰ ਆਫ ਆਫੀਸਰ ਕਿੰਨਾ ਹੈ 15 ਹੈ ਤਾਂ 15 15 ਨਾਲ ਮਲਟੀਪਲਾਈ ਕਰ ਦਾਂਗੇ ਆਫੀਸਰਸ ਦੀ ਐਵਰੇਜ ਏਜ 750 ਰੁਪਇਆ ਹੈ ਅਗਰ ਮੇਰੇ ਚੈਂਬਰ ਚ 15 ਆਫੀਸਰਸ ਨੇ ਤਾਂ 15 ਆਫੀਸਰਸ ਦੀ ਟੋਟਲ ਬਣ ਗਈ ਪਲੱਸ ਮੈਥਡ ਡਿਸਕਸ ਕਰਾਂਗੇ ਨਾਨ ਆਫੀਸਰ ਭਈਆ ਨੋਨ ਆਫੀਸਰ ਤਾਂ ਮੇਰੇ ਕੋਲੇ ਨੰਬਰ ਆਫ ਨੋਨ ਆਫੀਸਰ ਤਾਂ x ਹੀ ਹੋਏਗਾ ਨਾ x ਹੋਏਗਾ ਤਾਂ ਆਪਾਂ ਮਲਟੀਪਲਾਈ ਕਰ ਲਾਂਗੇ 250 x ਟੋਟਲ ਨੰਬਰ ਆਪਣੇ ਕੋਲੇ ਕਿੰਨੇ 500 ਹੈ ਹੁਣ 500 ਹੈ ਉਹਨੇ ਕਿਹਾ ਸੀਗਾ ਕਿ ਨੰਬਰ ਆਫ ਆਫੀਸਰਸ ਜਿਹੜੇ ਸ਼ਾਮਿਲ ਨੇ ਭਈਆ x ਤਾਂ ਇੱਥੇ ਮੇਰੇ ਕੋਲ ਇੰਟਾਇਰ ਸਟਾਫ ਦੇ ਵਿੱਚੋਂ 15 ਆਫੀਸਰਸ ਨੇ ਸ਼ਾਮਿਲ ਕਰਦਾਂਗੇ ਆਪਾਂ ਗੁਰੂ ਜੀ ਇਹੀ ਤਾਂ ਕੁਐਸਚਨ ਹੈ ਥਿਸ ਇਜ਼ ਵਾਟ ਇਹਨੂੰ ਤੁਸੀਂ ਕਹਿ ਸਕਦੇ ਹੋ ਲਗਭਗ ਕਿੰਨਾ ਹੋਏਗਾ 0 15 75 ਹੈ 15 5 75 ਹੈ ਤੇ ਕਿੰਨਾ 15 7 105 ਤੇ ਟੋਟਲ ਹੋ ਜਾਣਾ 112 ਪਲੱਸ ਤੁਹਾਡੇ ਕੋਲੇ ਹੋ ਜਾਣਾ 250x ਕਿੰਨਾ ਹੋ ਜਾਣਾ 500 x ਪਲੱਸ ਕਿੰਨਾ ਹੋ ਜਾਣਾ ਤੁਹਾਡੇ ਕੋਲੇ 15 5 7500 ਠੀਕ ਹੈ ਜੀ ਬਿਲਕੁਲ ਕਲੀਅਰ ਹੂੰ ਡਨ ਡਨ ਠੀਕ ਹੈ ਟੋਟਲ ਹੋ ਗਿਆ ਤੁਹਾਡੇ ਕੋਲੇ 11250 ਮਾਈਨਸ ਕਿੰਨਾ ਹੋ ਜਾਣਾ 7500 ਤੁਹਾਡੇ ਕੋਲੇ ਹੋ ਜਾਣਾ 500x ਮਾਈਨਸ ਕਿੰਨਾ ਹੋ ਜਾਣਾ 250x ਇਜ਼ ਇਕੁਅਲ ਅਗਰ ਆਪਾਂ ਇਹਨਾਂ ਦੋਨਾਂ ਨੂੰ ਮਾਈਨਸ ਕਰਾਂਗੇ ਤਾਂ ਲਗਭਗ ਕਿੰਨਾ ਬਚੇਗਾ 37 50 37 50 ਬਰਾਬਰ ਕਿੰਨਾ ਹੈ 250x ਤਾਂ ਜ਼ੀਰੋ ਨਾਲ ਕੀ ਹੋ ਜਾਣਾ ਜ਼ੀਰੋ ਕੈਨਸਲ ਹੋ ਜਾਣੀ ਹੈ 25 ਨਾਲ ਕੈਨਸਲ ਕਰਾਂਗੇ 25 1 ਕਮ 25 25 5 125 ਤਾਂ x ਦੀ ਵੈਲਿਊ ਕਿੰਨੀ ਆ ਗਈ 15 ਆਪਾਂ x ਕਿਸ ਨੂੰ ਕਨਸੀਡਰ ਕੀਤਾ ਸੀਗਾ x ਕਨਸੀਡਰ ਕੀਤਾ ਸੀ ਆਪਾਂ ਨੋਨ ਸਟਾਫ ਨੂੰ ਠੀਕ ਹੈ ਉਹ ਆਪਾਂ ਕਿਸ ਨੂੰ ਕੀਤਾ ਸੀ ਨੋਨ ਸਟਾਫ ਨੂੰ ਤਾਂ ਆਪਣੇ ਕੋਲੇ ਇਸ ਨੇ ਹੀ ਪੁੱਛਿਆ ਸੀਗਾ ਕਿ ਨੋਨ ਆਫੀਸਰਸ ਕਿੰਨੇ ਨੇ ਇੱਥੇ ਟੋਟਲ ਆਪਣੇ ਕੋਲੇ ਕਿੰਨੇ ਨੇ ਟੋਟਲ ਆਪਣੇ ਕੋਲੇ 15 ਜਣੇ ਨੇ ਠੀਕ ਹੈ ਬਿਲਕੁਲ ਕਲੀਅਰ ਹੈ ਠੀਕ ਹੈ ਜੀ ਕਹਿੰਦੇ ਸਮਝ ਆ ਗਿਆ ਹਾਂ ਹਾਂ ਥੋੜਾ ਜਿਹਾ ਟ੍ਰੀਕੀ ਹੋਏਗਾ ਕੁਐਸਚਨਸ ਬਈਆ ਸਵਾਲ ਐਡਾ ਹਲਕਾ ਨਹੀਂ ਤੁਹਾਨੂੰ ਕੋਈ ਵੀ ਪੇਪਰ ਵਾਲਾ ਹਲਕਾ ਕੁਐਸਚਨਸ ਕਦੇ ਵੀ ਨਹੀਂ ਦੇਵੇਗਾ ਠੀਕ ਹੈ ਹਲਕਾ ਕੁਐਸਚਨ ਤੁਹਾਨੂੰ ਕਿਸੇ ਵੀ ਐਗਜ਼ਾਮ ਚ ਨਹੀਂ ਦਿੱਤਾ ਜਾਏਗਾ ਇਹ ਚੀਜ਼ ਤੁਸੀਂ ਨੋਟ ਡਾਊਨ ਕਰ ਲਿਓ 3 ইয়ারਸ ਐਗੋ ਦਾ ਐਵਰੇਜ ਏਜ ਆਫ ਫੈਮਿਲੀ ਆਫ 5 ਮੈਂਬਰਸ ਵਾਸ 27 ਤਿੰਨ ਸਾਲ ਪਹਿਲਾਂ ਦੀ ਗੱਲ ਹੈ ਥਿਸ ਇਸ ਟਾਕਿੰਗ ਅਬਾਊਟ 3 ইয়ারਸ ਪਹਿਲਾਂ ਦੀ ਗੱਲ ਹੈ 2017 ਦੇ ਵਿੱਚ ਮੇਰੇ <mere> ਕੋਲੇ 5 ਮੈਂਬਰਾਂ ਦੀ ਏਜ 27 ਸੀਗੀ ਤਾਂ 27 ਪੰਜਾਂ ਟੋਟਲ ਕਿੰਨਾ ਹੋ ਜਾਏਗਾ ਮੇਬੀ 135 ਕਿੰਨਾ ਹੋਏਗਾ ਅ 7 ਪੰਜਾਂ 35 3, 3 ghi, bha, 15 ਤੇ 135 ਗੱਲ ਅਗਰ ਪ੍ਰੈਜ਼ੈਂਟ ਦੀ ਕਰਾਂ ਗੱਲ ਅਗਰ ਪ੍ਰੈਜ਼ੈਂਟ ਦੀ ਕਰਾਂ ਬਈਆ 220 ਦੀ ਕਰਾਂ ਤੁਹਾਨੂੰ ਤਾਂ ਵੀ ਮੇਰੇ ਕੋਲੇ 5 ਮੈਂਬਰ ਹੈ 1 ਮੈਂਬਰ ਦੀ 3 ਸਾਲ ਵੱਧ ਗਈ 1 ਮੈਂਬਰ ਦੀ 3 ਸਾਲ ਵੱਧ ਗਈ ਤਾਂ ਟੋਟਲ ਕਿੰਨੀ ਵੱਧ ਗਈ ਬਈਆ 15 ਸਾਲ ਵੱਧ ਗਈ ਨਾ ਟੋਟਲ ਤੁਸੀਂ ਕਹਿ ਸਕਦੇ ਹੋ ਵੀ 2020 ਦੇ ਵਿੱਚ ਇੱਥੇ ਬੰਦਿਆਂ ਦੀ ਉਮਰ ਟੋਟਲ ਕਿੰਨੀ ਹੋ ਜਾਣੀ ਹੈ 150 ਹੋ ਜਾਣੀ ਹੈ ਬਿਲਕੁਲ ਕਲੀਅਰ ਹੈ ਸਵਾਲ ਨੈਕਸਟ ਇਸ ਵਿੱਚ ਪੁੱਛਿਆ ਜਾ ਰਿਹਾ ਦ ਪ੍ਰੈਜ਼ੈਂਟ ਐਵਰੇਜ ਏਜ ਇਜ਼ ਆਲਸੋ 27 ਇਅਰ ਆਫਟਰ ਦਾ ਇਨਕਲੂਜ਼ਨ ਆਫ ਅ ਚਾਈਲਡ ਇੰਟੂ ਅ ਫੈਮਿਲੀ ਮਤਲਬ ਕੀ ਹੋ ਗਿਆ ਇਨਕਲੂਜ਼ਨ ਦਾ ਮਤਲਬ ਹੈ ਬੱਚਾ ਸ਼ਾਮਿਲ ਹੋ ਗਿਆ ਹੁਣ ਸਾਡੇ ਕੋਲ ਕਿੰਨੇ ਮੈਂਬਰ ਹੋ ਗਏ ਹੈ 6 ਮੈਂਬਰ ਹੋ ਗਏ ਹਨ ਹੁਣ ਇਹਨਾਂ ਦੀ 27 ਸਾਲ ਉਮਰ ਬਣ ਜਾਂਦੀ ਹੈ ਤਾਂ ਤੁਸੀਂ ਕਹਿ ਸਕਦੇ ਹੋ 7 42 4 ਬਚ ਗਿਆ 6 2 12 ਤੇ 4 ਕਿੰਨਾ ਹੋ ਗਿਆ 16 166 ਹੈ 6 ਬੰਦਿਆਂ ਦੀ ਐਵਰੇਜ ਤੁਹਾਡੇ ਕੋਲੇ 162 ਹੈ ਤੇ 5 ਬੰਦਿਆਂ ਦੀ ਐਵਰੇਜ ਤੁਹਾਡੇ ਕੋਲੇ ਪ੍ਰੈਜ਼ੈਂਟ 150 ਹੈ ਭਈਆ ਇੱਕ ਹੀ ਜਣਾ ਬਚਣਾ ਤਾਂ ਉਸ ਇੱਕ ਬੰਦੇ ਦੀ ਐਵਰੇਜ ਕਿੰਨੀ ਆ ਗਈ 12 ਕੀ allo ji gal khatam apna answer ਕਿਹੜਾ ਆ ਗਿਆ b ਵਾਲਾ ਆ ਗਿਆ ਡਨ ਹੈ ਡਨ ਹੈ ਬਿਲਕੁਲ ਕਲੀਅਰ ਹੈ ਠੀਕ ਹੈ ਕਲੀਅਰ ਡਨ ਸ਼ਾਬਾਸ਼ ਇਸ ਤਰੀਕੇ ਦੇ ਸਵਾਲ ਨੇ ਜਿਆਦਾ ਕੁਝ ਵੀ ਮੁਸ਼ਕਲ ਨਹੀਂ ਹੈ ਮੁਸ਼ਕਲ ਕੁਝ ਵੀ ਨਹੀਂ ਹੈ ਪ੍ਰੈਕਟਿਸ ਇਸ ਮੇਕਸ ਪਰਫੈਕਟ ਤੁਸੀਂ ਕਿਸੇ ਵੀ ਐਗਜ਼ਾਮ 'ਚ ਜਾਓਗੇ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੇਗੀ ਮੈਂ ਜੋ ਵੀ ਤੁਹਾਨੂੰ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਕਿਸ ਕਿਸ ਤਰੀਕੇ ਦੇ ਸਵਾਲ ਪੇਪਰ 'ਚ ਪੁੱਛੇ ਜਾਂਦੇ ਨੇ ਔਰ ਕਿਵੇਂ-ਕਿਵੇਂ ਠੀਕ ਹੈ ਹਾਂਜੀ ਦਾ ਐਵਰੇਜ ਏਜ ਆਫ 5 ਸਿਸਟਰਸ ਇਜ਼ 20 ইয়ারਸ ਇਫ ਦਾ ਏਜ ਆਫ ਯੰਗੇਸਟ ਸਿਸਟਰ 4 ਸਾਲ ਹੈ ਵਾਟ ਇਜ਼ ਦਾ ਐਵਰੇਜ ਗਰੁੱਪ ਆਫ ਦਾ ਸਿਸਟਰ ਡੇਟ ਆਫ ਦਾ ਬਰਥ ਆਫ ਦਾ ਯੰਗੇਸਟ ਸਿਸਟਰ ਮੁੱਖ ਜਵਾਨੀ ਕਰ ਸਕਦੇ ਹਾਂ ਪੰਜਾਂ ਦੀ ਐਵਰੇਜ ਕਿੰਨੀ ਹੈ 20 ਹੈ ਤਾਂ ਕਿੰਨਾ ਹੋ ਜਾਣਾ 20 5 100 ਟੋਟਲ ਦੀ ਟੋਟਲ ਕਿੰਨੀ ਐਵਰੇਜ ਏਜ ਕਿੰਨੀ ਹੋਗੀ 20 100 ਹੋਗੀ ਉਹ ਕਹਿੰਦੇ ਕਿ ਯੰਗੇਸਟ ਜਿਹੜੀ ਸਿਸਟਰ ਉਹਦੀ 4 ਸਾਲ ਹੈ ਯੰਗੇਸਟ ਸਿਸਟਰ ਦੀ 4 ਸਾਲ ਆ ਰਹੀ ਹੈ ਤਾਂ ਮੈਂ ਇਹ ਕੰਮ ਕਰਦਾ ਹਾਂ ਮੈਂ ਕੰਮ ਕਰਦਾ ਹਾਂ ਕਿ ਐਵਰੇਜ ਆਫ ਦਾ ਬਿਲਕੁਲ ਠੀਕ ਹੈ ਠੀਕ ਹੈ ਹੂੰ ਹਾਂ ਹਾਂ ਠੀਕ ਹੈ ਠੀਕ ਹੈ ਇਹ ਇਹ ਹਾਂ ਬਿਲਕੁਲ ਗੱਲ ਆ ਰਹੀ ਹੈ 12 ਸਾਲ ਹਾਂ ਠੀਕ ਹੈ 12 ਸਾਲ ਠੀਕ ਡਨ ਹੈ ਕਲੀਅਰ ਹਾਂਜੀ ਸਪੀਡ ਸলো ਹੈ ਸਪੀਡ ਨੂੰ ਜ਼ਿਆਦਾ ਤੇਜ਼ ਨਹੀਂ ਹੈ ਟੋਟਲ ਏਜ ਆਫ ਅ ਗਰੁੱਪ ਆਫ ਸਿਸਟਰ ਐਟ ਦਾ ਬਰਥ ਆਫ ਯੰਗੇਸਟ ਸਿਸਟਰ 100 ਮਤਲਬ ਐਵਰੇਜ ਏਜ ਆਫ 5 ਸਿਸਟਰ 20 ਹੈ ਦਾ ਟੋਟਲ ਐਵਰੇਜ ਆਫ 5 ਸਿਸਟਰ ਕਿੰਨੀ ਹੋ ਜਣੀ 100 ਹੈ ਇਹਨਾਂ ਚੋਂ ਇੱਕ ਜਣੀ ਦੀ 4 ਸਾਲ ਹੈ ਇੱਕ ਜਣੀ ਦੀ ਕਿੰਨੀ ਹੈ 4 ਸਾਲ ਹੈ ਤਾਂ ਤੁਸੀਂ ਹੁਣ ਕੀ ਕਹਿ ਸਕਦੇ ਹੋ ਕਿ 4 ਇਨ 4 ਇੰਟੂ ਐਦਾਂ ਵੀ ਕਰ ਸਕਦੇ ਆਪਾਂ ਹੂੰ ਹੂੰ ਠੀਕ ਹੈ ਠੀਕ ਠੀਕ ਹੈ ਓਕੇ ਇੱਕ ਬੱਚੇ ਦਾ ਆਨਸਰ 20 ইয়ারਸ ਹੈ 왓 ਵਾਸ দা ਐਵਰੇਜ ਏਜ ਆਫ দা ਗਰੁੱਪ ਆਫ দা ਸਿਸਟਰ ਐਟ ਦਾ ਬਰਥ ਆਫ ਦਾ ਯੰਗੇਸਟ ਸਿਸਟਰ ਠੀਕ ਹੈ ਕਲੀਅਰ ਹੈ ਹੂੰ 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 ਡੰ 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 ਹੂੰ ਤਾਂ ਜਨਰਲੀ ਆਪਣੇ ਕੋਲੇ ਕਿੰਨੀ ਬਣ ਜੇਗੀ 5 ਦੀ ਟੋਟਲ ਆਪਣੇ ਕੋਲੇ ਬਣ ਗਈ ਹੈ ਕਿ 5 400 ਹੈ -5 4 ਆਪਣੇ ਕੋਲੇ ਬੱਜ ਗਏ 80 ਠੀਕ ਹੈ ਤਾਂ ਹੁਣ ਇਹਨਾਂ ਨੇ ਪੁੱਛਿਆ ਦਾ ਬਰਥ ਆਫ ਗਰੁੱਪ ਮਤਲਬ ਗਰੁੱਪ ਦੇ ਵਿੱਚ ਕਿੰਨਾ ਹੋਏਗਾ ਤਾਂ ਆਪਣੇ ਕੋਲੇ 80 4 ਕਿੰਨਾ ਹੋਵੇਗਾ 20 20 20 ਸਾਲ ਆਨਸਰ ਆ ਗਿਆ ਠੀਕ ਹੈ ਬਿਲਕੁਲ ਕਲੀਅਰ ਹੈ ਹਾਂ ਕਲੀਅਰ ਹੈ ਸਮਝ ਆ ਗਿਆ ਜੀ ਨੋਨ ਆਫ ðiਜ਼ ਨੋ 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 ਇਫ ਦਾ ਏਜ ਆਫ ਦਾ ਯੰਗੇਸਟ ਸਿਸਟਰ ਬੀ 4 ਇਅਰ ਠੀਕ ਹੈ ਠੀਕ ਹੈ ਓਕੇ ਚਲੋ ਭਾਈ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲੇ 15th ਨੰਬਰ ਦਾ ਐਵਰੇਜ ਵੇਟ ਆਫ 4 men ABCD 67 ਹੈ 5th man ਦੇਖੋ ਸਵਾਲ ਇਦਾਂ ਕਰਦੇ ਜਾਣਾ ਤੁਸੀਂ A B C D 67, है. Man, plus plus C plus D, 67 4 ਹੈ ਇਹ ਕਹਿੰਦਾ ਕਿ ਪੰਜਵਾਂ ਮੈਂਬਰ ਹੈ ਫਿਫਥ ਮੈਨ E ਇਜ਼ ਇਨਕਲੂਡਡ ਦਾ ਐਵਰੇਜ weight ਆਫ 2 ਈਅਰ ਵੱਧ ਜਾਂਦਾ ਤਾਂ ਮਤਲਬ A plus B plus C plus D plus E ਠੀਕ ਹੈ plus D ਇਜ਼ ਇਕੁਅਲ ਟੋਟਲ ਕਿੰਨੀ ਹੈ 5 ਵੱਧ ਜਾਂਦੀ ਹੈ ਨਾ ਹੂੰ ਹਾਂਜੀ ਹਾਂਜੀ ਬਿਲਕੁਲ ਕਲੀਅਰ ਹੈ ਕਲੀਅਰ ਹੈ ਠੀਕ ਹੈ ਤਾਂ ਆਪਣੇ ਕੋਲੇ ਕਿੰਨੀ ਹੋ ਜੇਗੀ ਅ ਜਰਾ ਸਵਾਲ ਇਨਕਲੂਡਡ ਦਾ ਐਵਰੇਜ ਡਿਕਰੀਜ਼ ਬਾਈ 2 ਈਅਰ ਡਿਕਰੀਜ਼ ਬਾਈ 2 ਈਅਰ ਤਾਂ 65 ਕਿੰਨਾ ਆਪਣੇ ਕੋਲੇ 5 ਜਣੇ ਹਨ ਠੀਕ ਹੈ ਤਾਂ ਚਾਰਾਂ ਤੇ ਗੱਲ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਹੋ ਜਾਣਾ ਲਗਭਗ 268 ਹੋ ਜਾਏਗਾ ਔਰ ਪੰਜਾਂ ਤੇ ਗੱਲ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਹੋ ਜਾਣਾ 325 ਹੋ ਜਾਣਾ ਠੀਕ ਹੈ ਜੀ ਬਿਲਕੁਲ ਕਲੀਅਰ ਭਾਈ ABCD ਦੀ ਐਵਰੇਜ ਏਜ ਕਿੰਨੀ ਹੈ 268 ਹੈ 2 ਸਾਲ ਡਿਕਰੀਜ਼ ਹੋ ਰਹੀ ਹੈ ਇੱਕ ਬੰਦੇ ਦੇ ਪੰਜਵੇਂ ਬੰਦੇ ਦੇ ਆਉਣ ਤੇ ਪੰਜਵਾਂ ਬੰਦਾ ਕੌਣ ਹੈ E ABCD E ਤੱਕ ਕਿੰਨਾ ਹੋ ਗਿਆ 325 ਹੋ ਗਿਆ ਹੁਣ ਡਿਫਰੈਂਸ ਕਿਦਾ ਆ ਗਿਆ ਆਪਣੇ ਕੋਲਸ A A B B C D D ਕਮਨ ਹੈ ਤਾਂ E ਬੰਦੇ ਦੀ ਡਿਫਰੈਂਸ ਬਚ ਜਾਏਗਾ ਇਹ ਬੰਦੇ ਦਾ ਡਿਫਰੈਂਸ ਹੋਗਾ ਆਪਣੇ ਪਾਸ 57 ইয়ার্স। ਹੁਣ ਆਪਣੇ ਪਾਸ ਆ ਗਿਆ weight। ਸਵਾਲ ਉਹਨੇ ਪੁੱਛਿਆ ਕਿ A is replaced by F. A ਨੂੰ F ਚ ਰਿਪਲੇਸ ਕੀਤਾ ਜਾਂਦਾ ਹੈ। Weight of F 4 kg more than E. ਕੀ ਬਾਤ ਹੈ। ਖੂਬਸੂਰਤ ਸਵਾਲ ਆ ਗਿਆ। Weight of F Weight of F is equal ਸਵਾਲ ਚ ਆਪਾਂ ਕੀ ਲਿਖਣਾ ਹੈ? Weight of F F ਦੀ ਵੈਲਿਊ ਕਿੰਨੀ ਆ ਜਾਏਗੀ? weight of f ਆਪਣੇ ਕੋਲੇ ਕਿੰਨਾ ਆ ਜਾਏਗਾ ਜੀ ਬਿਲਕੁਲ ਕਲੀਅਰ ਹੈ ਕੁਐਸਚਨ ਦੇ ਵਿੱਚ ਆਪਾਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ weight of f ਸਿੰਪਲ ਜਰਾ ਕੁਿਕਲੀ ਦੱਸੋ ਮੈਨੂੰ weight of f ਕਿੰਨਾ ਆਏਗਾ weight of f weight of f 4 ਸਾਲ ਉਸ ਨਾਲੋਂ ਜ਼ਿਆਦਾ ਆ ਤਾਂ ਹੋ ਜਾਏਗਾ 57 4 61 ਬਿਲਕੁਲ ਠੀਕ ਹੈ ਕਲੀਅਰ ਹੈ ਕਨਸੈਪਟ ਨੈਕਸਟ ਆਜੋ ਨੈਕਸਟ ਦੇ ਵਿੱਚ ਕੀ ਜਾਣਕਾਰੀ ਦਿੱਤੀ ਗਈ ਆਪਾਂ ਨੂੰ ਨੈਕਸਟ ਆਪਾਂ ਨੂੰ ਦਿੱਤਾ ਹੈ ਐਵਰੇਜ ਵੇਟ ਡਿਕਰੀਸ ਬਿਕੋਜ਼ ਆਫ ਰਿਪਲੇਸਮੈਂਟ ਆਫ A ਬਿਕੋਜ਼ ਰਿਪਲੇਸਮੈਂਟ ਆਫ A ਤਾਂ ਦੇਖੋ ਯਾਰ ਜਨਰਲੀ ਗੱਲ ਹੈ ਵੀ A ਨੂੰ ਰਿਪਲੇਸ ਕਰਤਾ ਆਪਾਂ ਕਿਸ ਨੂੰ ਰਿਪਲੇਸ ਕਰਤਾ ਗੁਰੂ ਜੀ A ਨੂੰ ਰਿਪਲੇਸ ਕਰਤਾ ਆਪਣੇ ਕੋਲੇ ਸਵਾਲ ਦੇ ਵਿੱਚ ਇਹ ਚੀਜ਼ ਸੀਗੀ ਕਿ A plus B plus C plus D ਤੱਕ ਆਪਣੇ ਕੋਲੇ ਸੀ 268 ਫਿਰ ਆਪਣੇ ਕੋਲੇ ਆਇਆ A plus B plus C plus D E ਤੱਕ ਆਇਆ ਟੋਟਲ 325 ਆਇਆ ਅਗਰ ਆਪਾਂ ਇੱਥੇ ਗੱਲ ਕਰੀਏ ਤਾਂ ਮੇਰੇ ਕੋਲੇ E ਦੀ ਵੈਲਿਊ ਟੋਟਲ ਕਿੰਨੀ ਨਿਕਲੀ 57 ਸਾਲ ਨਿਕਲੀ ਉਹ ਕਹਿੰਦਾ ਬਈਆ F A ਦੀ ਜਗ੍ਹਾ F ਤੇ F ਬੰਦਾ ਆ ਜਾਂਦਾ F ਬੰਦਾ ਹੁੰਦਾ ਤੇ 4 ਸਾਲ ਵੱਧ ਜਾਂਦੀ ਹੈ ਤਾਂ ਮੈਂ ਇਹ ਗੱਲ ਲਿਖਾਂਗਾ F ਦੀ ਵੱਧ ਜਾਂਦੀ ਹੈ ਤੇ 57 4 ਟੋਟਲ ਕਿੰਨੇ 61 ਮੈਂ ਲੈਂਗੁਏਜ ਬਲੀਵ ਨਹੀਂ ਕਰਦਾ ਮੈਂ ਕੁਐਸਚਨ ਦੀ ਲੈ ਬਲੀਵ ਕਰਦਾ ਕਿ ਤੁਹਾਨੂੰ ਬਿਲਕੁਲ ਲੈ ਤੋਂ ਸ਼ੁਰੂ ਕਰੋ ਔਰ ਉਸ ਦੇ ਬਿਹਾਫ ਤੇ ਚੱਲੇ ਚੱਲੋ ਅੱਗੇ ਹੁਣ ਉਹ ਕਹਿੰਦਾ ਕਿ ਕਨਸੈਪਟ ਕੀ ਬਣ ਗਿਆ ਹੁਣ ਦੇਰਫੋਰ ਕਨਸੈਪਟ ਬਣ ਗਿਆ F B C D ਠੀਕ ਹੈ ਔਰ ਪਲੱਸ ਸ ਮੇਰੇ ਕੋਲ ਈ ਟੋਟਲ ਆਪਣੇ ਕੋਲੇ ਕਿੰਨਾ ਹੋ ਗਿਆ ਬਈਆ 64 ਇੰਟੂ ਕਿੰਨਾ ਹੋ ਜਾਏਗਾ 5 ਹੋ ਜਾਏਗਾ ਨਾ 64 ਇੰਟੂ 5 ਹੋ ਜਾਏਗਾ ਠੀਕ ਹੈ ਸਮਝ ਆ ਗਿਆ 64 ਇੰਟੂ 5 ਇਸ ਇਕੁਅਲ ਆਪਣੇ ਕੋਲੇ ਕਿੰਨਾ ਹੈ ਜਨਰਲੀ ਸਵਾਲ ਦੇ ਵਿੱਚ ਕਿੰਨਾ ਆ ਜਾਏਗਾ b ਬਰਾਬਰ ਕਿੰਨਾ ਹੈ 320 ਹਾਂਜੀ ਇਸ ਬੱਚਾ ਪੁੱਛਦਾ ਜੀ ਕਹਿੰਦਾ ਅ ਜਨਰਲੀ ਹਾਂ ਬਿਲਕੁਲ ਕਲੀਅਰ ਹੈ ਕਲੀਅਰ ਹੈ ਕੋਈ ਦਿੱਕਤ ਨਹੀਂ ਹੈ ਸਵਾਲ ਬੜਾ ਆਸਾਨੀ ਨਾਲ ਹੈ ਇਹ ਕਹਿੰਦਾ ਕਿ ਐਵਰੇਜ ਵੇਟ ਆਫ ਡਿਕਰੀਸ ਬਿਕਾਜ਼ ਆਫ ਰਿਪਲੇਸਮੈਂਟ ਆਫ ਵਾਟ रिप्लेसमेंट ऑफ ए नाउ द एवरेज वेट इज 64 64 ਇਸ ਤਰੀਕੇ ਨਾਲ ਆਇਆ ਪਹਿਲਾਂ ਸੀਗੀ 67 67 ਤੋਂ ਜਦੋਂ ਆਪਾਂ E ਨੂੰ ਸ਼ਾਮਿਲ ਕੀਤਾ 2 ਸਾਲ ਘਟ ਗਈ ਦੋਹਾਂ ਸਾਲਾਂ ਬਾਅਦ ਆਪਾਂ F ਨੂੰ ਫਿਰ ਬਦਲ ਕੀਤਾ ਤਾਂ ਭਈਆ ਇੱਥੇ ਫਰਕ ਹੋਰ ਪੈ ਗਿਆ ਮੇਰੇ ਪਿਆਰੇ ਬੱਚੋ ਫਰਕ ਪੈਂਦਾ ਪੈਂਦਾ ਮੇਰੇ ਕੋਲੇ ਬਚ ਗਿਆ ਕਿ B प्लस C प्लस D ਆਪਣੇ ਕੋਲੇ E इज को कि बच गया तीन सौ माइनस मेरे को तो तो मेरे को बचेगी बीसी डी प्लस दी। दी। प्लस डी बचेगा टू बचेगा के जी बच गया हम टू हंड्रड फिफ्टी नाइन के जी बच गया तो उसने वेट ऑफ ए पूछे तो बड़ा सिंपल जहा सवाल है भैया वेट ऑफ ए पूछे तो ए प्लस बी प्लस सी प्लस डी टोटल कि तो B प्लस C प्लस D जीक्वल किन्हा है 259 है तो A बचेगा तो A भी वैल्यूट किन्हीं आगे अपने पास है, टोटल व्हाट हम्म बिल्कुल क्लियर है ठीक है ठीक है डन 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 ठीक है 325 हम्म ओके 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 यस यस ਥੋੜਾ ਜਿਹਾ ਕਰੈਕਸ਼ਨ ਕਰਾਂਗੇ ਇੱਥੇ ਥੋੜਾ ਜਿਹਾ ਕਰੈਕਸ਼ਨ ਕਰਾਂਗੇ ਆਪਾਂ ਇੱਥੇ ਕਲੀਅਰ ਹੈ ਕੁਐਸਚਨ ਦੀ ਲੈਂਗੁਏਜ ਅੰਤ ਵਿੱਚ ਇਹੀ ਹੈ ਕਿ ਆਪਣੇ ਕੋਲੇ ਏ ਬੀ ਸੀ ਡੀ ਏ ਬੀ ਸੀ ਡੀ ਈ ਤੱਕ ਟੋਟਲ 352 352ਆਂ ਦੇ ਵਿੱਚ 259 ਕੱਟ ਕਰਾਂਗੇ ਤਾਂ 66 ਬਿਲਕੁਲ ਕਰੈਕਟ ਹੈ 66 ਆਨਸਰ ਆਏਗਾ ਦੇਖੋ ਇਹ ਤਾਂ ਆਪਾਂ ਕੀਤਾ ਲੌਂਗ ਪ੍ਰੋਸੈਸ ਨਾਲ ਕਾਦੇ ਨਾਲ ਕੀਤਾ ਆਪਾਂ ਲੌਂਗ ਪ੍ਰੋਸੈਸ ਨਾਲ ਆਪਸ਼ਨ ਨੰਬਰ ਬੀ ਆਇਆ ਹੁਣ ਇਸੇ ਹੀ ਕੁਐਸਚਨ ਦਾ ਸ਼ਾਰਟ ਪ੍ਰੋਸੈਸ ਕੀ ਹੋ ਸਕਦਾ ਹੈ ਇਸੇ ਕੁਐਸਚਨ ਦਾ ਸ਼ਾਰਟ ਪ੍ਰੋਸੈਸ ਇਸੇ ਕੁਐਸਚਨ ਦੇ ਉੱਪਰ ਮੈਂ ਸਮਝਾਵਾਂਗਾ ਕੀ ਸ਼ਾਰਟ ਮੈਥਡ ਕੀ ਹੋ ਸਕਦਾ ਹੈ ਬੜਾ ਹੀ ਆਸਾਨ ਔਰ ਬੜਾ ਹੀ ਹਲਕਾ ਜਿਹਾ ਕੁਸ਼ਚਨ ਹੈ ਹੂੰ ਹੂੰ ਬਿਲਕੁਲ ਕਲੀਅਰ ਹੈ ਟ੍ਰਿਕ ਨੋਟ ਕਰ ਲਓ ਦੇਖੋ ਸ਼ਾਰਟ ਕਨਸੈਪਟ ਬਹੁਤ ਜ਼ਿਆਦਾ ਜ਼ਰੂਰੀ ਹੈ ਸਵਾਲ ਵਿੱਚ ਆਪਾਂ ਨੂੰ ਇਹ ਚੀਜ਼ ਦੱਸੀ ਹੈ ਭਈਆ e ਦੇ ਸ਼ਾਮਿਲ ਹੋਣ ਤੇ 67 ਚੋਂ 2 ਮਾਈਨਸ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਹੈ 65 ਹੈ ਐਨੀ ਚੀਜ਼ ਨੋਟ ਡਾਊਨ ਕਰ ਲਓਗੇ ਠੀਕ ਹੈ 67 2 ਦੈਨ ਆਪਾਂ ਕੀ ਲਿਖ ਸਕਦੇ ਹਾਂ -4 2 चार इन टू दोवल अपने को फिफ्टी सैवन वैल्यू कि बची है दिस इज देट ऑफ ई वेट ऑफ ई अगर शॉर्टकट करना है तो थोनों कॉन्सैप्टाना लाजमी है कॉन्सैप्टाना लाजमी है थोड़ा ठीक है कॉन्सैप्ट आना लाजमी है कॉन्सैप्ट नहीं आएगा तो कुछ नहीं होगा हूँ तुम्हें तो पता लग गया कि एफ फिफ्टी सैवन प्लस चार इज इक्वल है ना तो वेट ऑफ डिक्रीज बाई वन ईयर रिपलेसिंग बाई ए वन ईयर का रिपले वन ईयर का हो रहा है ना ठीक है हाँ बिल्कुल वन के जी का हो रहा है वन के जी का हो रहा है तो आप इतना जनरल लिखा वैल्यू तो सिक्सटी वन प्लस फाइव फाइव इंटू वन हर बंद एक, -एक दा अंतर. मैं लिखागा मैं यही लिखागा कि अगर मेरे को डिफरेंस निकल रहा है सो दैट वी कैन सिक्सटी सिक्स इज द आंसर समझ आया कि नहीं आया देखो समझ आया कि नहीं आया बंदे तो पांच ही है ना ए बी सी डी ई a b c d e a nu replace kita janda hai f da vajan 61 hai ta 61 de vich total kinna hai har band in change karan te ik saal da antar mere kole ethe prapt ho reha hai bilkul clear hai clear hai koi dikkat nahi hai done concept samajh aaya ki nahi aaya theek hai ha is tarike naal short tarika la sakde ho e banking exam aur ssc exam te apan ese hi tarike nu implement karde hai vi jinna zyada question short ho sakda hai ਉਨਾ ਹੀ ਚੀਜ਼ਾਂ ਜ਼ਿਆਦਾਤਰ ਬਿਹਤਰ ਤਰੀਕੇ ਨਾਲ ਆਪਾਂ ਕਵਰ ਅਪ ਕਰ ਸਕਦੇ ਹਾਂ ਠੀਕ ਹੈ ਜੀ ਨੈਕਸਟ ਮੈਂ ਤੁਹਾਨੂੰ 2 3 4 ਕੁਐਸਚਨ ਦੇਵਾਂਗਾ ਪURE ਪ੍ਰੈਕਟਿਸ ਵਾਸਤੇ ਦੇਵਾਂਗਾ ਪ੍ਰਸ਼ਨ ਨੰਬਰ ਪਹਿਲਾ ਦੇ ਰੱਖਿਆ ਤੁਹਾਨੂੰ ਥਿਸ ਇਜ਼ ਫॉर ਯੂ ਤੁਸੀਂ ਕਰਨਾ ਹੈ ਦੂਸਰਾ ਇਹ ਹੈ ਇਸ ਸੈਸ਼ਨ ਨੂੰ ਪੋਜ਼ ਕਰੋ ਰੋਕੋ ਡਾਊਨਲੋਡ ਕਰੋ ਇਟਸ 올 ਡਿਪੈਂਡ ਔਨ ਯੂ ਠੀਕ ਹੈ ਤੁਸੀਂ ਬਿਲਕੁਲ ਵੀ ਚੋਰੀ ਨਹੀਂ ਕਰੋਗੇ ਆਪਣੇ ਆਪ ਨਾਲ ਥਿਸ ਇਜ਼ ਸੈਕੰਡ ਫॉर ਯੂ ਐਂਡ ਥਿਸ ਇਜ਼ ਨੈਕਸਟ ਫॉर ਯੂ ਇਹ ਕੁਐਸਚਨਸ ਤੁਹਾਡੇ ਲਈ ਹੈ ਤੁਸੀਂ ਸੋਲਵ ਕਰਨਾ ਹੈ ਤੁਹਾਨੂੰ ਇੱਕ ਪੀਡੀਐਫ ਮਿਲੇਗਾ ਉਸ ਪੀਡੀਐਫ ਦੇ ਅੰਦਰ ਵਿਦ ਕੁਐਸ਼ਨ ਸੋਲੂਸ਼ਨ ਸੋਲੂਸ਼ਨ ਮਿਲ ਜਾਏਗਾ ਠੀਕ ਹੈ ਇਹ ਮੈਂ ਅਲੱਗ ਤੋਂ ਦੇਵਾਂਗਾ ਇਹਨਾਂ ਦੇ ਪ੍ਰੈਕਟਿਸ ਕਰਨੇ ਸੋਲੂਸ਼ਨ ਕਰਨੇ ਮਿਲਦੇ ਹਨ ਫਿਰ ਨੈਕਸਟ ਪਾਰਟ ਤਦ ਤੱਕ ਆਪਣਾ ਖਿਆਲ ਰੱਖੋ ਪੜਦੇ ਰਹੋ ਸਤਾਰਕ ਰਹੋ ਅਤੇ ਸੈਸ਼ਨ ਨੂੰ ਰੱਜ ਕੇ ਗੱਜ ਕੇ ਸ਼ੇਅਰ ਕਰਨਾ ਠੀਕ ਹੈ ਆਪਣੇ ਸਾਥੀਆਂਾਂ